ਸਾਲਿਆ ਤੋੜਦਾ ਨਹੀਂ ਭੈਣ ਚੋ ਅੱਗੇ ਲੱਖ ਦੀ ਦਾ ਪੀਏ ਕੋ ਦੀ ਦੇਖ ਲਾ ਸਾਲਿਆ ਕੁੱਟ ਲੈ ਕੀ ਕਰਦੇ ਸੀ। ਹੈਲੋ ਐਵਰੀਵਨ, ਅੱਜ ਫਿਰ ਵਾਪਸ ਆਏ ਹਾਂ PUBG Day 3 Match 1। This is a simulation game set in a virtual world and does not represent real life. Please play in moderation, take frequent breaks, and play responsibly. बहुत ही घातक मैच होगा आज, क्योंकि आज सारे प्रैक्टिस नाल आए ने। टकसाली भाजी सब दे चहीते, देखते हैं की करतब कर रहे ने। चलो जी, मैच शुरू हो गया है। ते रूट है पैराडाइज रिसोर्ट बूट कैंप ते कैंप अल्फा तक। टीम सिक्स जो कि है बॉल ब्रेकर्स, उन्होंने सोचा है कि लवाकी तक जाएंगे, शायद लकावी। टीम एट आतंकीज, उन्होंने लूट कट्ठी करनी शुरू की है पैराडाइज रिजॉर्ट तो। उन्होंने जस्ट ही नाल टीम 11 गुलटी गोंगले साइको अंड जी। ਜੱਸੀ ਸੁਮਨ ਭਾਜੀ ਆਸੇ ਪਾਸੇ ਭੱਜਦੇ ਹੋਏ ਜੱਸੀ ਭਾਜੀ ਆਪਣਾ ਸ਼ਿਕਾਰ ਲੱਭਦੇ ਹੋਏ ਤੇਰਾ ਨੰਬਰ ਟੀਮ ਅਰਸ਼ ਭਾਜੀ ਪਿੰਕ ਰੰਗ ਦੀ ਫਰੋਕ ਪਾ ਕੇ 8 ਮੈਡਕਿਟ ਦੇ ਨਾਲ ਕਿੱਥੇ ਦੀ ਭਈਆ ਤੇਰਾ ਨੰਬਰ ਟੀਮ ਗਰੇਵਾਲ ਭਾਜੀ ਨਜਾਇਜ਼ ਮੁੱਕੀਆਂ ਮਾਰਦੇ ਸਿੰਮ ਸਿੰਮ ਭਾਜੀ ਚੱਡਿਆਂ 'ਚ ਪੂਛ ਦੇ ਕੇ ਭੱਜਦੇ ਹੋਏ, ਕਿਉਂਕਿ ਨਾਲ ਦੇ 3 ਬੰਦੇ ਮਰ ਚੁੱਕੇ ਨੇ। ਟੀਮ 10 ਹੈ ਉੱਥੋਂ ਵੀ ਲੱਗਦਾ ਬੁੰਡ ਬੜਾ ਕੇ ਵਾਪਸ ਆਉਣਗੇ।
ਦੌੜ ਨੂੰ ਦੇਖ ਕੇ ਮਨ ਤੇ ਲਲਚਾਇਆ ਸੀ ਪਰ ਗੇਮ 'ਚ ਧਿਆਨ ਹੈ ਉਹਨਾਂ ਦਾ ਅਸਲਾ ਪੱਤਾ ਇਕੱਠਾ ਕਰਦੇ ਹੋਏ ਅੱਡਿਆਂ ਦੇ ਛਾਪੇ ਮਾਰਦੇ ਨੇ ਨੌ ਨੰਬਰ 11 ਨਾਈਟ ਮੇਅਰ ਟੀਮ ਐਲੀ ਭਾਜੀ ਖੋਲੀ ਨੌ ਨੰਬਰ ਟੀਮ ਐਲੀ ਭਾਜੀ ਓਏ ਵਾਹ ਖੋਲ ਸਕਦੇ ਨੌ ਨੰਬਰ ਟੀਮ ਦੇ ਐਲੀ ਭਾਜੀ ਛੱਤ ਤੇ ਖਲ ਟਕਸਾਲੀ ਭਾਜੀ ਕੱਲ ਇਹਨਾਂ ਨੇ ਕਾਫੀ ਸਿਰਾ ਕਰਾਈ ਸੀ ਸਾਡੀ ਬਦੌਲਤ ਉਸਦੀ ਤੇ ਛਾਤੀ ਦੋਨੋਂ ਅੱਗੇ ਕਰਦੇ ਤਿੰਨ ਦੁੱਧ ਦੀਆਂ ਬੋਤਲਾਂ ਤੇਰਾਂ ਨੰਬਰ ਟੀਮ ਗਰੇਵਾਲ ਭਾਜੀ ਇੱਕ ਸਮੋਕ ਤੇਰਾਂ ਨੰਬਰ ਟੀਮ ਦਾ ਟਾਕਰਾ ਹੋ ਸਕਦਾ ਟੀਮ ਨੰਬਰ 3 ਓਜੀ ਟੀਮ ਓਲਡ ਗੋਲਡਸ ਸਾਹਮਣੇ ਓਜੀ ਗਰਗ ਭਾਜੀ ਸੈਰੀ ਭਾਜੀ ਅਤੇ ਕਾਲੋ ਭਾਜੀ ਗਰਗ ਭਾਜੀ ਦੀ ਵੱਖੀ 'ਚ ਗੋਲੀ ਵੱਜ ਗਈ ਹੈ ਸੈਰੀ ਭਾਜੀ ਦਾ ਭੋਗ ਪੈਣ ਵਾਲਾ ਬਸ ਬਹੁਤ ਹੀ ਸੋਹਣੀ ਨੋਕ ਕਰ ਰਹੇ ਆਪਦੀ ਟੀਮ 13 ਨੇ ਬਹੁਤ ਹੀ ਗਰੇਵਾਲ ਭਾਜੀ ਦੀ ਪਿੱਤੇ 'ਚ ਗੋਲੀ ਵੱਜੀ ਹੈ ਭਾਜੀ ਜਾਨ ਬਚਾਉਣ ਦੀ ਕੋਸ਼ਿਸ਼ 'ਚ ਪਿੱਛੋਂ ਲੀਕ ਦਿਖਾ ਕੇ ਭਾਜਦੇ ਝਾੜੀਆਂ ਵਿੱਚ ਲੁਕ ਰਹੇ ਨੇ ਪਿੱਛੋਂ ਉਹਨਾਂ ਦੀ ਟੀਮ ਦਾ ਬੰਦਾ ਚੱਕ ਲਿਆ ਮੋਢਿਆਂ 'ਤੇ ਫੇਰ ਸੁੱਟਦਾ ਹੈ ਕਿਤੇ ਭਾਰਾ ਜ਼ਿਆਦਾ ਅੰਨੇ ਵਾਹ ਗੋਲੀਆਂ ਦੀ ਬੁਛਾਰ ਤਿੰਨ ਨੰਬਰ ਟੀਮ ਵੱਲੋਂ ਕਾਲੋਂ ਭਾਜੀ ਦੀ ਹੈਲਥ ਬਹੁਤ ਘੱਟ ਰਹਿ ਗਈ ਭਾਜੀ ਦਾ ਭੋਗ ਪਾਤਾ ਅਰਸ਼ ਭਾਜੀ ਨੇ ਕਾਲੋਂ ਭਾਜੀ ਦਾ ਭੋਗ ਪਾਤਾ ਹੁਣ ਮੋਢਿਆਂ 'ਤੇ ਚੱਕ ਕੇ ਲੈ ਕੇ ਜਾਣਗੇ ਨਹੀਂ ਤਿੰਨ ਸੀਗੀ ਟੀਮ ਨੰਬਰ 3 ਦਾ ਭੋਗ ਪਾ ਦਿੱਤਾ ਹੈ ਬਹੁਤ ਸੋਹਣਾ ਭਾਜੀ ਹੁਣ ਪੱਟੀਆਂ ਕਰਦੇ ਹੋਏ ਗਰੇਵਾਲ ਭਾਜੀ ਨੇ 2 ਨੌਕਆਊਟ ਡੱਬੇ ਨੂੰ ਵਾਰੀ ਵਾਰੀ ਹੱਥ ਲਾਉਂਦੇ ਹੋਏ ਰਾਖ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿੱਧਰ ਟੀਮ ਨੰਬਰ 7 ਬੀਡੀ ਬੰਸਲ ਭਾਜੀ ਨੇ ਦੇਖ ਲਿਆ ਟੀਮ ਨੰਬਰ 6 ਨੂੰ ਸ਼ਿਵਨ ਭਾਜੀ ਗੱਡੀ ਤੇ ਫਰਾਰ ਰੋਬਿਨ ਭਾਜੀ ਧੂਮ ਚਾਲੇ ਕਰਕੇ ਮੋਟਰਸਾਈਕਲ ਸੁੱਟਦਾ ਇਹਨਾਂ ਨੇ ਬੀੜੀ 84 ਤੇ ਬੀੜੀ ਬਾਂਸਲ ਭਾਜੀ ਅਗਲੀ ਕਿਤਾਬ ਲਿਖਣ ਜਾ ਰਹੇ ਨੇ ਇਹ ਤਾਂ ਕੁਝ ਹੋਰ ਹੀ ਕਰਨ ਜਾ ਰਹੇ ਨੇ ਘਰ 'ਚ ਸੋਫੇ ਓਲੇ ਜੋੜੀ ਇੱਕ ਕਿਲਰ 6 ਨੰਬਰ ਟੀਮ
25 ਨੰਬਰ ਟੀਮ ਮੇਅਰ ਵੀ ਪਾਸੀ ਕੱਚੀ ਪਾ ਕੇ ਕੱਚੀ ਬਚਾ ਕੇ ਵਿੱਚ ਸੱਪ ਨਾ ਵੜ ਜੇ ਟੀਮ ਨੰਬਰ 1 ਜੋ ਕਿ ਫਿਲਹਾਲ ਸਭ ਤੋਂ ਤਕੜੀ ਟੀਮ ਚੱਲ ਰਹੀ ਹੈ ਹਿਟਮੈਨ ਐਸਕੇ ਹਿਟਮੈਨ ਅਨੂਪ ਹਿਟਮੈਨ ਸ਼ੈਡੋ ਤੇ ਮਾਂਬਾ ਆਤੰਕੀ ਲੱਗ ਗਿਆ ਆਤੰਕੀ ਲੱਗ ਗਿਆ ਅੱਲਾ 8 ਨੰਬਰ ਟੀਮ 8 ਨੰਬਰ 8 ਨੰਬਰ ਕੱਟ ਨਾ ਕੋਈ ਵੀ ਲਾ ਦੇ ਨਾ ਚੋ ਕਿੰਨਾ ਲੰਨ ਬੰਦਾ ਆਪਣੇ ਆਪ ਨੂੰ ਕਹਿ ਰਹੇ ਨੇ 8 ਨੰਬਰ ਟੀਮ ਦੇ ਖਿਡਾਰੀ ਹਰਕੀ ਭਾਜੀ ਨੇ ਗੋਲੀਆਂ ਚਾਰ ਭਾਜੀ ਨੂੰ ਚਾਰੋਂ ਪਾਸੇ ਘੇਰ ਲਿਆ ਤੇ ਭਾਜੀ ਦਾ ਭੋਗ ਪੈ ਚੁੱਕਾ ਹੈ ਇਹਨਾਂ ਦੇ ਨਾਂ ਦੇ ਬੰਦੇ ਆ ਕੇ ਚੱਕ ਲੈਣੇ ਇਹਨਾਂ ਨੂੰ ਟੀਮ ਨੂੰ ਘੱਟ ਤ੍ਰਿਪਨ ਭਾਜੀ ਬਹੁਤ ਗੈਂਗਸਟਰ ਰਾਸ਼ੀ ਭਾਜੀ ਦੀ ਹੈਲਥ ਬਹੁਤ ਘੱਟ ਰਹਿ ਗਈ ਹੈ ਬੰਬ ਸੁੱਟਣ ਦੀ ਤਿਆਰੀ ਬੜਾ ਹੀ ਸੋਹਣਾ ਨਿਸ਼ਾਨਾ ਉਹ ਇੱਕ ਨੌਕ ਵੀ ਕੀਤਾ ਇੱਕ ਨੌਕ ਵੀ ਕਰਤਾ ਹੈ ਤੇ ਸਿਰਫ ਇੱਕ ਬੰਦਾ ਰਹਿ ਗਿਆ ਹੈ ਸ਼ਾਇਦ ਉਹ ਕਰ ਸਕਦਾ ਨਾਲ ਟੀਮ ਨੰਬਰ 19 ਇੱਕ ਹੋਰ ਨੌਕ ਕਰਤਾ ਟੀਮ ਨੰਬਰ 19 ਹਰਕੀਰਤ ਬਦਮਾਸ਼ ਭਾਜੀ ਸਾਰੀ ਬਦਮਾਸ਼ੀ ਕਰਤੀ ਅੱਜ ਹਰਕੀਰਤ ਭਾਜੀ ਇਹਨਾਂ ਨੂੰ ਬਦਦੁਆਵਾਂ ਦੇ ਕੇ ਰਿਪਨ ਹਰਕੀਰਤ ਭਾਜੀ ਦੇ ਵੀ ਸਿਰ 'ਚ ਖੇਪ ਆਈ ਹੈ ਹਰਕੀਰਤ ਭਾਜੀ ਰਿਪਨ ਭਾਜੀ ਨੂੰ ਕਹਿੰਦੇ ਹੋਏ ਮਿੱਤਰਾਂ ਤੇ ਗੋਲੀਆਂ ਚਲਾਉਣ ਵਾਲੀ ਏ ਤੇਰੀ ਘਰ ਵਾਲੀ ਟੈਂਪੂ ਨਿਕਲੇ ਅੱਠ ਨੰਬਰ ਟੀਮ ਦੇ ਸਿਰਫ ਦੋ ਖਿਡਾਰੀ ਬਚੇ ਨੇ ਡਾਕਟਰ ਡੈਵਲ ਭਾਜੀ ਦੁੱਧ ਦੀਆਂ ਬੋਤਲਾਂ ਮੁਕਾਉਂਦੇ ਹੋਏ ਨਜਾਇਜ਼ ਹੀ ਬੰਬ ਸੁੱਟਦੇ ਹੋਏ ਬੰਦਾ ਭਾਵੇਂ ਜ਼ੋਨ ਤੋਂ ਬਾਹਰ ਹੈ ਕੋਈ ਲਿਹਾਜ਼ ਨਹੀਂ ਕੀਤਾ ਜਾ ਰਿਹਾ ਬੰਦਾ ਵੀ ਕਹਿੰਦਾ ਹੋਊਗਾ ਮੈਂ ਕਿਹਦੇ ਦੁਆਲੇ ਆ ਗਿਆ ਸੱਤ ਨੰਬਰ ਟੀਮ ਤੇ 6 ਨੰਬਰ ਟੀਮ ਆਹਮਣੇ ਸਾਹਮਣੇ 50 ਸੈਕਿੰਡ ਦੇ ਅੰਦਰ ਜ਼ੋਨ ਹੋਰ ਤੁਰ ਪਏਗਾ ਸੈਰੋਟੋਨਿਨ ਭਾਜੀ ਸੈਰੋਟੋਨਿਨ ਭਾਜੀ ਸ਼ਿਕਾਰੋਂ ਨੂੰ ਆਪਦੇ ਨਿਸ਼ਾਨੇ ਤੇ ਰੱਖਦੇ ਸ਼ਿਵਨ ਭਾਜੀ ਸ਼ਿਵਨ ਭਾਜੀ ਕੋਈ ਫੱਕ ਨਹੀਂ ਦਿੰਦੇ ਸ਼ਿਵਨ ਭਾਜੀ ਬਾਰੀ ਤੋਂ ਬਾਹਰ ਨਿਕਲ ਗਏ ਨੇ ਡਿੱਗਣਾ ਪੈਣ ਲੱਤ ਫੜ ਕੇ ਰੱਖੋ ਇਹਨਾਂ ਦੀ ਦਸ ਸਕਿੰਟ ਚ ਰਿਸਟ੍ਰਿਕਸ਼ਨ ਏਰੀਆ ਬੜੀ ਸੋਹਣੀ ਗੱਡੀ ਡਰਾਈਵ ਕਰਦੇ ਹੋਏ ਜਿਵੇਂ ਕੱਲ ਹੀ ਲਾਇਸੈਂਸ ਮਿਲਿਆ ਹੋਵੇ ਬਿਲਕੁਲ ਕੱਲ ਹੀ ਲਾਇਸੈਂਸ ਮਿਲਿਆ ਹੈ ਕੱਚੇ ਤਾਰ ਦੀ ਏ ਆਪ ਬੰਪਰਾਂ ਦੀ ਮਾਂ ਦੇ ਲਾਣੇ ਦਿੰਦੇ ਹੋਏ 16 ਨੰਬਰ ਟੀਮ ਦੇ ਰੂਹਰ ਭਾਜੀ ਕੱਲ ਪਾੜ ਦਿੱਤੇ ਨੇ ਟੀਮ ਨੰਬਰ 10 ਵੱਲੋਂ 16 ਨੋਟ ਇਨਸਾਈਨ ਭਾਜੀ ਇਕੱਲੇ ਰਹਿ ਗਏ ਨੇ ਪਾਣੀ 'ਚ ਥੋੜ੍ਹੇ ਠੰਡੇ ਹੁੰਦੇ ਹੋਏ ਥੱਲੇ ਪੂਸੀ ਨੂੰ ਠੰਡਾ ਕਰਦੇ ਉੱਪਰ ਕਬੂਤਰ ਨੂੰ ਠੰਡਾ ਕਰਦੇ ਸ਼ਰਮ ਨਾਲ ਡੁੱਬ ਮਰਨ ਦੀ ਕੋਸ਼ਿਸ਼ ਟੀਮ ਨੰਬਰ 10 ਹਜੇ ਵੀ ਨੋਟ ਇਨਸਾਈਨ ਭਾਜੀ ਨੂੰ ਲੱਭਦੇ ਹੋਏ ਕੰਗ ਭਾਜੀ 2 ਨੰਬਰ ਟੀਮ ਟਕਸਾਲੀ ਭਾਜੀ ਖਾ ਲਿਆ ਹੈ ਟਕਸਾਲੀ ਭਾਜੀ ਨੂੰ ਜਗ੍ਹਾ ਚੇਂਜ ਕਰਨੀ ਪਈ ਕੀ ਟਕਸਾਲੀ ਭਾਜੀ ਦੇ ਯਾਰ ਮਿੱਤਰ ਆਉਣਗੇ ਉਹਨਾਂ ਵਿੱਚੋਂ ਲਈ ਇੱਕ ਗੋਲੀ ਮੇਰੇ ਖਿਆਲ ਫੀਮਰ ਤੇ ਵੱਜੀ ਏ ਦੂਸਰੀ ਬੱਟ ਹੋਲ
ਜਿੱਥੋਂ ਸੌਖੀ ਅੰਦਰ ਚਲੀ ਜਾਂਦੀ ਹੈ ਬਵਾਸੀਰ ਹੋ ਸਕਦੀ ਹੈ ਨਲਕੇ ਵਾਂਗੂ ਚੋਂਦੇ ਹੋਏ ਜਾ ਰਹੇ ਨੇ ਵਿਜ਼ਗਾਰਡ ਜੀ ਜੋ ਕਿ ਇਕੱਲੇ ਹੀ ਨੇ ਤੇ ਸ਼ਾਇਦ ਨੇਚਰ ਦਾ ਆਨੰਦ ਮਾਣਦੇ ਹੋਏ ਡਾਕਟਰ ਫੇਡ ਭਾਜੀ ਪੰਜ ਨੰਬਰ ਟੀਮ ਵੱਖੀਆਂ ਘਿਸਾਉਂਦੇ ਹੋਏ ਸਕੋਪ ਨਾਲ ਸਕੋਪ ਤੇ ਕੋਈ ਨਿਸ਼ਾਨਾ ਆਵੇਗਾ ਕਿ ਨਹੀਂ ਆਵੇਗਾ ਹਿਟਮੈਨ ਸ਼ੈਡੋ ਟਾਰਗੇਟ ਤੇ ਨੇ ਬਹੁਤ ਹੀ ਸੋਹਣੀ ਜਗ੍ਹਾ ਤੇ ਬੈਠੇ ਸੀ ਪਤਾ ਨਹੀਂ ਕਿਉਂ ਤੁਰ ਪਏ ਵੱਖੀਆਂ ਰਗੜਨ ਲੱਗ ਗਈਆਂ ਸੀ ਉਹਨਾਂ ਦੀਆਂ ਕੰਗ ਭਾਜੀ ਨੇ ਦੂਜੀ ਗੱਡੀ ਚੱਕ ਲਈ ਏ ਅੰਨੇਵਾਹ ਡਰਾਈਵਿੰਗ ਕਰਦੇ ਹੋਏ ਆਦੀ ਭਾਜੀ ਨੂੰ ਪਿੱਛੇ ਖਿਲਾਰ ਲਿਆ ਕਿਉਂਕਿ ਵਨ ਸੀਟਰ ਗੱਡੀ ਏ ਮਾਂਬਾ ਭਾਜੀ ਨੂੰ ਅੱਜ ਤੱਕ ਪਜਾਮੇ ਨਹੀਂ ਲੱਭਿਆ ਟੀਮ ਵਨ ਦੇ ਸਾਰੇ ਪਲੇਅਰ ਬਚੇ ਨੇ ਟੀਮ ਨੰਬਰ 9 ਐਲੀ ਭਾਜੀ ਮਾਨਿਕ ਭਾਜੀ ਕਿੰਗ ਭਾਜੀ ਐਲੀ ਭਾਜੀ ਐਲੀ ਭਾਜੀ ਘਰੇ ਐਲੀ ਭਾਜੀ ਉਲਝੇ ਹੋਏ ਨੇ ਕੀ ਚੱਕਾਂ ਤੇ ਕੀ ਛੱਡਾਂ ਜੀਰੋ ਫਿਨਿਸ਼ਿਸ ਇੱਕ ਦੁੱਧ ਦੀ ਬੋਤਲ ਇੱਕ ਗਰਨੇਡ ਤੇ 10 ਮੈਡ ਕਿਟ ਕਮਰਾ ਇਕੱਲਿਆਂ ਨੇ ਬੰਦ ਕਰ ਲਿਆ ਸ਼ਾਇਦ ਦੂਸਰੇ ਪਾਸੇ ਬੰਦ ਕਰਨਗੇ ਘਰ ਤੇ ਕਬਜ਼ਾ ਕਰਦੇ ਹੋਏ ਬੀਡੀ ਬਾਂਸਲ ਜੀ ਦੀ ਹਾਏ ਤੱਕ ਬੀਡੀ ਬਾਂਸਲ ਆਪਣੇ ਬੀਡੀ ਬਾਂਸਲ ਭਾਜੀ ਹੋਰ ਹੀ ਕੁਛ ਕਰਦੇ ਹੋਏ ਜ਼ੋਨ ਤੋਂ ਬਾਹਰ ਜਾਣ ਦੀ ਟਰਾਈ ਕਰ ਰਹੇ ਅੰਦਰ ਆਉਣ ਦੀ ਟਰਾਈ ਬੰਦੂਕਾਂ ਭਿਓ ਕੇ ਜੰਗ ਲਾਉਣ ਦੀ ਤਿਆਰੀ ਹੈ ਓਲਡਨ ਭਾਜੀ ਦਾ ਭੋਗ ਪੈ ਚੁੱਕਿਆ ਹੈ ਟਰੱਕ 'ਚ ਬਹਿ ਕੇ ਅਮੈਰੀਕਾ ਦੀ ਡੌਂਕੀ ਲਾਉਣ ਦੀ ਤਿਆਰੀ ਹੈ ਜੋੜੀ ਕਿਲਰ ਭਾਜੀ ਗੁਲਾਬੀ ਰੰਗ ਦਾ ਮੋਟਰਸਾਈਕਲ ਚੱਕ ਲਿਆ ਟੀਮ ਹਿਟਮੈਨ ਜੋ ਕਿ ਇਹਨਾਂ ਦੇ ਸਾਹਮਣੇ ਹੀ ਹੈ ਗੋਲੀਆਂ ਦੀ ਆਵਾਜ਼ ਸੁਣ ਕੇ ਮਾਂਬਾ ਭਾਜੀ ਕੋਡੇ ਹੋ ਗਏ ਨੇ ਟੱਕਰੇ ਹੋ ਸਕਦੇ ਨੇ ਇੱਥੇ ਪਰ ਖੈਰ ਆਪਾਂ ਜੋੜੀ ਭਾਜੀ ਦਾ ਪੈਟਰੋਲ ਮੁੱਕ ਗਿਆ ਸਕੋਪ ਨਾਲ ਹਿਟਮੈਨ ਤੇ ਹਿਟਮੈਨ ਭਾਜੀ ਬਚ ਕੇ ਰਹਿਣ ਕੀ ਹਿਟਮੈਨ ਭਾਜੀ ਨੂੰ ਪਤਾ ਹੈ ਕਿ ਇਧਰ ਇੱਕ ਟੀਮ ਹੈ ਹਿਟਮੈਨ ਭਾਜੀ ਹੋਰ ਹੀ ਹਰੇਵਾਈ ਜੀ ਨਾਲ ਭੱਜਦੇ ਹੋਏ ਦੇਖ ਵੀ ਰਿਹਾ ਇਹਨਾਂ ਨੂੰ ਕਿ ਨਹੀਂ ਬੀਡੀ 84 ਆ ਥੱਕ ਗਏ ਨੇ ਦੁੱਧ ਪੀ ਰਹੇ ਨੇ ਇੱਕ ਨਾਲ ਕੰਮ ਨਹੀਂ ਬਣਿਆ ਦੂਜਾ ਪੀ ਰਹੇ ਨੇ ਇੱਕ ਬੰਦੇ ਦੀ ਡੌਂਕੀ ਪੂਰੀ ਹੋ ਚੁੱਕੀ ਹੈ ਦੋਵਾਂ ਨੂੰ ਨਾਲ ਲੈ ਕੇ ਆ ਰਹੇ ਨੇ ਕਗਰਾ ਭਿਓ ਚੁੱਕੇ ਨੇ ਆਪਦਾ ਦੁੱਗਣਾ ਭਾਰੀ ਹੋ ਜਾਏਗਾ ਹੁਣ ਕੰਗ ਭਾਜੀ ਦੀ ਹੈਲਥ ਬਹੁਤ ਘੱਟ ਦੋ ਨੰਬਰ ਟੀਮ ਆਦੀ ਭਾਜੀ ਘੇਰਾ ਛੋਟਾ ਹੁੰਦਾ ਜਾ ਰਿਹਾ ਹੈ ਤੇ ਕੰਜਸਟਿਡ ਤੀਹ ਸਕਿੰਟ ਚ ਰਿਸਟ੍ਰਿਕਟਿਡ ਏਰੀਆ ਉਧਰੋਂ ਐਲੀ ਭਾਜੀ ਦੀ ਟੀਮ ਆ ਰਹੀ ਹੈ ਨੌ ਨੰਬਰ ਉਧਰੋਂ ਹਿਟਮੈਨ ਭਾਜੀ
ਟੀਮ ਨੰਬਰ 9 ਐਲੀ ਭਾਜੀ ਤੇ ਡੇਅਰ ਡੈਵਿਲ ਭਾਜੀ ਡੈਵਿਲ ਭਾਜੀ ਸਿਆਣਪ ਨਾਲ ਲੜਾਈ ਤੋਂ ਦੂਰ ਰਹਿੰਦੇ ਹੋਏ ਸ਼ਾਇਦ ਐਂਡ ਵਿੱਚ ਬਾਉਂਸ ਬੈਕ ਕਰਨਗੇ ਸ਼ਿਵੇਨ ਭਾਜੀ ਦੇ ਸਾਹਮਣੇ 9 ਨੰਬਰ ਟੀਮ ਤੇ 1 ਨੰਬਰ ਟੀਮ ਐਲੀ ਭਾਜੀ ਸਕੋਪ ਨਾਲ ਹਿੱਟਮੈਨ ਸ਼ੈਡੋ ਪੜਪੜੀ ਚ ਗੋਲੀਆਂ ਮਾਰ ਕੇ ਭੋਗ ਪਾ ਦਿੱਤਾ ਐਲੀ ਭਾਜੀ ਦੇ ਆਪ ਵੀ ਪਈਆਂ ਨੇ ਐਲੀ ਭਾਜੀ ਬੜਾ ਸੋਹਣਾ ਖੇਡਦੇ ਹੋਏ ਕੰਗ ਭਾਜੀ ਬਾਰੀ ਓਹਲੇ ਸਿਰੋਟਨਿਨ ਭਾਜੀ ਦੇ ਵੀ ਪੈ ਚੁੱਕੀਆਂ ਹਨ ਮਾਂਬਾ ਭਾਜੀ ਹਜੇ ਤੱਕ ਪਾਣੀ ਚੋਂ ਨਹੀਂ ਨਿਕਲੇ ਇਹ ਲੱਗਦਾ ਭਾਜੀ ਨੂੰ ਕੈਮੋਫਲਾਜ ਦਾ ਪੂਰਾ ਮਤਲਬ ਨਹੀਂ ਪਤਾ ਹੈ ਹਰੇ ਰੰਗ ਪਾ ਕੇ ਭੂਰੇ ਰੰਗ ਵਿੱਚ ਖਲੋਤੇ ਨੇ ਚੌਲਾਂ 'ਚ ਸੁਸਰੀ ਵਾਂਗੂ ਲੱਗਦੇ ਪਏ ਸਿੰਘ ਭਾਜੀ ਨੂੰ ਭੱਜ ਨੂੰ ਰਾਹ ਨਹੀਂ ਥਿਆਉਂਦਾ ਪਿਆ ਭਾਜੀ ਬੌਂਦਲ ਗਏ ਨੇ ਥੋੜੀ ਥੋੜੀ ਛਿਰ ਗਏ ਦੁੱਧ ਪੀ ਰਹੇ ਨੇ ਬੀੜੀ ਬਾਂਸਲ ਭਾਜੀ ਵੱਖੀਆਂ ਤੇ ਹੁੰਦੇ ਹੋਏ ਭਾਜੀ ਨੂੰ ਸਾਹ ਨਹੀਂ ਆ ਰਿਹਾ ਚੋਕਿੰਗ ਹੋ ਰਹੀ ਹੈ ਚੋਕ ਮੀ ਡੈਡੀ ਵਾਲੀ ਫੀਲ ਸਿਕਾਰੋ ਭਾਜੀ ਚਿੱਟੇ ਦਾ ਟੀਕਾ ਲਾਉਂਦੇ ਹੋਏ ਡੈਲਟੋ ਖਾ ਸਕਦੇ ਆ ਅੱਜ ਦਾ ਜਵਾਬ ਇਹ ਹੈ ਸਿਕਾਰੋ ਭਾਜੀ ਡੈਲਟੋ ਪੈਕਟੋਰਲ ਗਰੂਵ ਦੂਜਾ ਟੀਕਾ ਸਿਕਾਰੋ ਭਾਜੀ ਦੀ ਬੀੜੀ ਬੈਂਸਲ ਭਾਜੀ ਚੱਟ ਰਹੇ ਨੇ ਪਲੀਜ਼ ਰਿਵਾਈਵ ਕਰਦੇ ਖੈਰ ਭਾਜੀ ਚੱਟਦੇ ਮਰ ਗਏ ਨੇ ਐਲੀ ਭਾਜੀ ਫਰੋਗ ਨਾ ਪਾਇਆ ਕਰੋ ਕਾਲੀ ਕੱਚੀ ਦਿਖਦੀ ਏ ਜੋੜੀ ਭਾਜੀ ਵੱਡੀ ਫੜਦੇ ਹੋਏ ਉਹਨਾਂ ਦੇ ਟੀਮਮੇਟ ਸਰਵਾਈਵ ਕਰਦੇ ਹੋਏ ਕਾਲਾ ਮੰਗ ਭਾਜੀ ਬੀੜੀ ਚੁਰਸੀਆ ਭਾਜੀ ਜ਼ੋਨ ਚ ਵਾਪਸ ਆਉਂਦੇ ਹੋਏ ਜ਼ੋਨ ਤੋਂ ਬਾਹਰ ਹੀ ਮਰ ਗਏ ਓਹੋ ਚੁਰਸੀਆ ਭਾਜੀ ਦੀ ਅਗਲੀ ਬੁੱਕ ਕੈਂਸਲ ਡਿਪਰੈਸ਼ਨ ਚ ਚਲ ਗਿਆ ਸਿਕਾਰੋ ਭਾਜੀ ਹੈਲਥ ਬਾਅਦ ਚ ਲਾ ਲਿਓ ਪਹਿਲਾਂ ਜ਼ੋਨ ਚ ਆ ਜਾਓ ਜਿੰਨੀ ਵਧਾਉਣੀ ਹੈ ਉਨੀ ਘਟਾ ਲੈਣੀ ਹੈ ਕੋਈ ਫਾਇਦਾ ਨਹੀਂ ਹੋਇਆ ਬਹੁਤ ਜ਼ਿਆਦਾ ਡੈਮੇਜ ਹੈ ਨੌ ਨੰਬਰ ਵੱਖੀਆਂ ਘਸਾਉਂਦੇ ਹੋਏ ਪੰਜ ਨੰਬਰ ਟੀਮ ਹਿਟਮੈਨ ਮਾਂਬਾ ਪਿੱਛੇ ਹਿਟਮੈਨ ਐਸ ਕੇ ਕੰਪਨੀ ਦਿੰਦੇ ਹੋਏ ਅਨੂਪ ਭਾਜੀ ਸਾਰੇ ਵੱਖੀਆਂ ਪਰ ਜਾਂਗਰਾ ਭਾਜੀ ਪੰਜ ਨੰਬਰ ਟੀਮ ਤੇ 2 ਨੰਬਰ ਟੀਮ ਆਮੋ ਸਾਹਮਣੇ ਡਾਕਟਰ ਫੇਟ ਜਾਂਗਰਾ ਭਾਜੀ ਪਤਾ ਹੀ ਸੀ ਇਹ ਹੋ ਸਕਦਾ ਸਨ ਤੇ ਗੋਲੀ ਵੱਜੀ ਇਹਨਾਂ ਦੇ ਯੂਨੀਬੋਲ ਕਰਤਾ ਜਾਂਗਰਾ ਭਾਜੀ ਕਿੰਨੇ ਲਾਈਵ ਰਹਿ ਗਈ 12 11
दो नंबर टीम ओके कर एक नंबर टीम नु भाजी एक नंबर नु कुछ नहीं कर रही पहली वाली टीम दो नंबर कर देंगे नौ नंबर टीम एली भाजी ਭਾਜੀ ਦੇਖ ਰਹੇ ਨੇ ਐਲੀ ਭਾਜੀ ਲੋਕੇ ਟੀਮ ਨੰਬਰ 2 ਨੂੰ ਕਲਚ ਕਰ ਦਿੱਤਾ ਹੈ ਰਾਮੂਹੀ ਕਰਕੇ ਤਿੰਨ ਟੀਮਾਂ ਬਾਕੀ ਐਲੀ ਭਾਜੀ ਦੇ 2 ਕਿਲ ਟੀਮ ਨੰਬਰ 8 ਤੇ ਟੀਮ ਨੰਬਰ 9 ਰਿਪਨ ਭਾਜੀ ਜਿਨ੍ਹਾਂ ਦਾ ਕਿ ਸਭ ਤੋਂ ਜ਼ਿਆਦਾ ਕਿਲਸ ਨੇ 4 ਕਿਲ ਨਾਲ ਰਿਪਨ ਭਾਜੀ ਦੋ ਟੀਮ ਮੈਂਬਰ ਬਚੇ ਨੇ ਇਹ ਦੋਵੇਂ ਸ਼ਾਇਦ ਉਹਨਾਂ ਨੇ ਟੀਮ ਨੰਬਰ 1 ਨੂੰ ਦੇਖ ਲਿਆ ਡਾਕਟਰ ਡੈਵਿਲ ਤੇ ਰਿਪਨ ਭਾਜੀ अपनी टीम चो बचे हिटमैन एसके भाजी उन्होंने पता ही नहीं लग रहा बंब आज बंब खराब कर रहे हैं बस बहुत ही सोना कैमोफ्लाज बच गए ने बस भाजी नू हेल्थ ले लेनी चाहिए पट्टियां ला के बंब थोड़ा होर कोल हुंदा ते दौरा आ जाना सी ਕੈਮੋਫਲਾਜ ਦੇ ਉੱਤੇ ਪੱਟੀਆਂ ਲਾ ਰਹੇ ਨੇ ਮਾੜੇ ਡਾਕਟਰ ਨੇ ਤੇ ਟੀਮ ਨੰਬਰ 8 ਦੇ ਵਿੱਚ ਬਹੁਤ ਹੀ ਸੋਹਣਾ ਮੁਕਾਬਲਾ ਚੱਲ ਰਿਹਾ ਹੈ ਰਿਪਨ ਭਾਜੀ ਬੰਬ ਤੇ ਬੰਬ ਸੁੱਟਦੇ ਹੋਏ ਗਲਤ ਥਾਂ ਤੇ ਬੰਬ ਸੁੱਟ ਰਹੇ ਨੇ ਰਿਪਨ ਭਾਜੀ ਨੇ ਨੂੰ ਭਾਜੀ ਨੇ ਦੇਖ ਲਿਆ ਸਮੋਕ ਲਾਈ ਹੈ ਜਿਹੜੇ ਪੀਂਦੇ ਹੀ ਦਿਨ ਚ 6000 ਹੀ ਸਿਗਰ ਨੇ ਉਹਨਾਂ ਨੂੰ ਧੂਆਂ ਸਵਾਹ ਚੜਨਾ ਹੈ रिपन भाजी मांबा भाजी कोई क्लियर साइट नहीं है मांबा भाजी देख लिया है मांबा भाजी तो मांबा भाजी ते गोलियां वजियां ने पीछे हट गए ने टटियां च दम नहीं हैगा हजे रिपन भाजी दे निशाने ते रिपन भाजी दा भोग पाता मांबा भाजी ने टीम दे किल 8 ने टोटल ਡਾਕਟਰ ਡੈਵਿਲ ਭਾਜੀ ਨੇ 3 ਵਰਸਸ 1 ਕਰਨਾ ਹੈ ਕੀ ਕਰ ਪਾਉਣਗੇ ਕਿਉਂਕਿ 2 ਵਰਸਸ 1 ਹੋ ਤਿੰਨਾਂ ਤਰਫ ਤੋਂ ਘੇਰਾ ਪੈ ਚੁੱਕਾ ਹੈ ਸਾਹਮਣੇ ਅਨੂਪ ਤੇ ਐਸਕੇ ਭਾਜੀ ਝਾੜੀਆਂ 'ਚ ਇਕੱਲੇ ਲੁਕੇ ਹੋਏ ਨੇ ਇੱਧਰ ਹਿਟਮੈਨ ਭਾਜੀ ਹੋਰ ਹੀ ਆਪਣਾ ਹੁਣ ਸਹੀ ਕੈਮੋਫਲਾਜ ਕਰ ਰਹੇ ਨੇ ਬਹੁਤ ਹੀ ਸੋਹਣੀ ਸਾਈਟ ਹੈ ਪਰ ਗੋਲੀ ਫਿਰ ਵੀ ਮੱਥੇ ਦੀ ਵੱਜਣੀ ਹੈ ਤੇ ਕੈਮੋਫਲਾਜ ਵੀ ਹੈ ਜਵਾਂ ਸਾਹਮਣੇ ਡਾਕਟਰ ਡੈਵਿਲ ਭਾਜੀ ਉਹ ਵੀ ਲੁਕੇ ਹੋਏ ਨੇ ਡੀਪੀ ਹੈ ਐਸਕੇ ਭਾਜੀ ਕੋਲ ਪਰ ਇੰਨੀ ক্লোਜ਼ ਰੇਂਜ ਕੀ ਵਰਤ ਬਿਲਕੁਲ 3 ਵਾਸ ਇਸ 1 ਬਿਲਕੁਲ ਟੀਮ 1 ਦੀ ਜਿੱਤ ਹੋਈ ਹੈ ਹਿਟਮੈਨ ਭਾਜੀ 7 ਕਿਲ ਦੇ ਨਾਲ ਅਨੂਪ ਸ਼ੈਡੋ ਐਸਕੇ ਤੇ ਮਾਂਬਾ ਐਸਕੇ ਭਾਜੀ ਦੇ 5 ਕਿਲਸ ਬਹੁਤ ਹੀ ਸੋਹਣਾ ਖੇਡੇ ਆ ਕੀ ਹੋ ਗਿਆ ਭਾਜੀ ਡੈਵਿਲ ਭਾਜੀ ਨੇ ਬਹੁਤ ਸੋਹਣਾ ਮੁਕਾਬਲਾ ਕੀਤਾ ਕੱਲਿਆਂ ਨੇ 6 ਕਿਲਸ ਟੋਟਲ
ਸਸੀਗਾਲ ਜੀ ਸਾਰਿਆਂ ਨੂੰ This is a simulation game set in a virtual world and does not represent real life. Please play in moderation. Take frequent breaks and play responsibly. ਜੀ ਆਇਆਂ ਨੂੰ ਅੱਜ ਦੀ ਨੂੰ ਖੁਸ਼ੀਆਂ ਦਾ ਸੱਜਣਾ ਡਾਕਟਰ ਹੈਰੋ 12 ਨੰਬਰ ਕਹਿੰਦੇ ਅੱਜ ਇਹਨਾਂ ਨੂੰ ਸਪੈਸ਼ਲ ਸਪੈਕਟੇਟ ਕਰਨਾ ਹੈ ਕੀ ਘੂਸੀਆਂ ਭੋਰਦੇ ਨੇ ਸਾਈਜ਼ ਕੁਦਾ ਕਢਾ ਹਾਂ ਹੈਰੋ ਭਾਅ ਜੀ ਗਰਮੀਆਂ 'ਚ ਹੁੱਡੀ ਪਾ ਕੇ ਕਬੂਤਰੀ ਰੱਖੀ ਹੈ ਨਾਲ ਐਨੀਮਲ ਅਬਿਊਜ਼ ਉਹ ਵੀ ਕਹਿੰਦਾ ਮੈਂ ਕਿਹਦੇ ਮੋਢਿਆਂ 'ਤੇ ਬਹਿ ਗਿਆ ਕੰਨ 'ਚ ਮੂਤਨ ਦੀ ਤਿਆਰੀ ਮਾੜਾ ਉੱਧਰ ਕਰੀ ਬਿਹਾਰ ਤੋਂ ਡੀਨੋ ਪਾਰਕ ਬਿਹਾਰ ਮੁਵਾਤਰਾ ਡੀਨੋ ਪਾਰਕ ਏਬੇ ਵਿੰਡਰੀ ਇੰਡੈਵਰ ਕਹਿੰਦੇ ਲੱਥ ਚੁੱਕੀ ਏ ਵਾਕਈ ਚਿੱਤੜ ਵੇਖ ਕੇ ਲੱਗਦਾ ਵਾਕਈ ਇੰਡੈਵਰ ਨੇ ਟੀਮ ਇੰਡੈਵਰ ਨੇ ਟੀਮ 6 ਨੂੰ ਦੇਖ ਲਿਆ ਬਹੁਤ ਸਾਰੀਆਂ ਟੀਮਾਂ ਇੱਕੋ ਹੀ ਥਾਂ ਤੇ ਉਤਰੀਆਂ ਨੇ ਇਹ ਹਵਾ 'ਚ ਸਕਿੰਗ ਕਰੀ ਜਾਂਦੇ ਨੇ ਪਤਾ ਨਹੀਂ ਕੌਣ ਨੇ 6 ਨੰਬਰ ਟੀਮ ਸ਼ਿਵਨ ਸੈਰਾਡੋਨਿਨ ਹੂ ਰਿਮੇਨ ਅਤੇ ਜ਼ੋਡੀਅਕ ਕਿਲਰ ਪੋਲਰ ਰੀਜਨ 'ਤੇ ਮੈਚ ਲੱਗਾ ਹੈ 12 ਨੰਬਰ ਟੀਮ ਡਾਕਟਰ ਹੈਰੋ ਟਕਸਾਲੀ ਭਾਅ ਜੀ ਸਾਹਮਣੇ ਨੇ ਅਰਥੀ ਚੁੱਕਣ ਲਈ ਤਿਆਰ ਹੋ ਜਾਣ ਖਲ ਕੰਗ ਭਾਅ ਜੀ ਬੰਦਾ ਲੈ ਕੇ ਆਏ ਨੇ ਅੱਜ ਅੱਗੇ ਨੇ ਤਾਂ ਜਨਾਨੀ ਦਵਾਲੀ ਫਿਰਦੇ ਨੇ ਟਕਸਾਲੀ ਭਾਅ ਜੀ ਦੇ ਅੱਜ ਕੱਪੜੇ ਕਾਲੇ ਵੀ ਨੇ ਅੱਜ ਸੈਕਸੀ ਲੱਗਦੇ ਪਏ ਨੇ ਡਾਕਟਰ ਹੈਰੋ ਭਾਅ ਜੀ ਨਿੱਕੀ ਜੀ ਊਜ਼ੀ ਇਹ ਚਲਾਉਣੀ ਹੈ ਜਾਂ ਕਿਤੇ ਲੈਣੀ ਹੈ ਪੱਚੀ ਰੌਂਦ ਨੇ 10 ਮੈਡਕਿਟ 1 ਸਮੋਕ ਸਾਹਮਣੇ 12 ਨੰਬਰ ਟੀਮ ਨਾਲ 2 ਨੰਬਰ ਟੀਮ ਦੇ ਖਲ ਕੰਗ ਭਾਅ ਜੀ ਕੋਲ M4 ਹੈ ਇੱਕ ਵਧੀਆ ਐਡਵਾਂਟੇਜ ਹੈ ਸ਼ਾਰਟ ਰੇਂਜ ਲਈ UMP ਵੀ ਹੈ ਜਿਹਦਾ ਬਹੁਤ ਘੱਟ ਰਿਕੋਇਲ ਹੁੰਦਾ ਘੇਰਾ ਪਾ ਕੇ ਮਾਰਨ ਖਲ ਭਾਜੀ ਸਿਰ ਤੇ ਪੀਜ਼ਾ ਕਟਰ ਪਾਉਂਦੇ ਹੋਏ ਹਾਂ ਇਹਨਾਂ ਨੂੰ ਕਰ ਇਹਨਾਂ ਨੂੰ ਸਪੈਕਟੇਟ ਜਾਪਦਾ ਟਕਸਾਲੀ ਭਾਜੀ ਸੱਜਰੇ ਛੇਤਰ ਆ ਗਿਆ ਟੀਮ ਹੈਰੋ ਆਕਾਸ਼ ਸਿੰਗਲਾ 2 ਨੰਬਰ ਟੀਮ ਤੇ 12 ਨੰਬਰ ਟੀਮ ਆਮੋ ਸਾਹਮਣੇ ਹੋ ਸਕਦੀ ਏ ਹੈਰੋ ਭਾਜੀ ਬਾਰੀ ਥਾਣੀ ਝਾਕਦੇ ਹੋਏ ਮਿੰਨੀ ਸਕਰਟ ਥੋੜੋ ਲੈ ਗਈ ਪਾਲੀ ਠੰਡ ਜ਼ਿਆਦਾ ਹੋ ਗਈ ਸੀ ਆਦੀ ਭਾਜੀ ਗੋਲੀਆਂ ਚਲਾ ਰਹੇ ਨੇ ਆਦੀ ਭਾਜੀ ਨੇ ਆਪਦੀ ਟੀਮ ਵਾਲਿਆਂ ਨੂੰ ਵੀ ਦੱਸਤਾ ਹੈ ਡਾਕਟਰ ਹੈਰੋ ਭਾਜੀ ਦੇ ਸੰਘ 'ਚ ਆ ਗਏ ਨੇ ਉੱਥੋਂ ਨੱਸਦੇ ਹੋਏ ਹੱਥ 'ਚ ਉਸੀ ਬੜੀ ਹੈ ਅਗਲੇ ਕੋਲ 47 ਦੇ M4 ਤੋਂ ਥੱਲੇ ਕੋਈ ਸੰਦ ਨਹੀਂ ਆ ਸਾਹਮਣੇ ਵਾਲੇ ਕਹਿ ਰਹੇ ਨੇ ਪਾ ਕੇ ਰੱਖਦੀ ਵੀ ਕੱਛੀ ਪੈਣਾ ਜਾਵੇ ਚੋਰ ਡਾਕਟਰ ਹੈਰੋ ਦੀ ਮੁੰਡ 'ਚ ਕਰਨਾ 2.5 ਇੰਚ ਦਾ ਬੂਰ ਕੰਗ ਭਾਜੀ ਨੂੰ ਦੇਖ ਲੈ ਹੁਣ ਚੱਡੇ ਖੁੱਲਣਗੇ
ਮੌਤ ਦੇ ਮੂੰਹ ਵੱਲ ਜਾਂਦੇ ਹੋਏ ਕਹਿੰਦੇ ਬੰਦਾ ਮਰਾ ਕੇ ਗੋਲੀਆਂ ਚਲਾਈਆਂ ਨੇ ਹੈਰੋ ਭਾਜੀ ਕਹਿੰਦੇ ਬੰਦਾ ਮਰਾ ਕੇ ਟਾਈਮ ਸਿਰ ਸੋਈਏ ਹੈਰੋ ਭਾਜੀ ਨੇ ਬੁੱਢ ਦੀ ਗੋਲੀ ਲਗਾ ਦੇ ਨੇ ਹੈਰੋ ਭਾਜੀ ਦਾ ਅਨਾਲ ਸਫਿੰਕਟਰ ਡੈਮੇਜ ਕਰਤਾ ਹੈ ਕੋਈ ਬਹੁਤ ਜ਼ਿਆਦਾ ਉਮੀਦ ਨਹੀਂ ਰੱਖ ਸਕਦੇ ਹੈਰੋ ਭਾਜੀ ਹੈਰੋ ਭਾਜੀ ਦੋ ਨੰਬਰ ਟੀਮ ਨੂੰ 90 ਦਿੰਦੇ ਹੋਏ ਹੈਰੋ ਭਾਜੀ ਗੱਲਾਂ ਕਹਿੰਦੇ ਵੱਡੀਆਂ ਕਰਦੇ ਸੀ ਪਰ ਹੁਣ ਫੇਰੇ ਲੈ ਰਹੇ ਨੇ ਕਰ ਦੇਣਾ ਪਰਕਰਮਾ ਕਰਦੇ ਹੋਏ ਓਹੋ ਹੈਰੋ ਭਾਜੀ 2 ਮਿੰਟ ਵੀ ਸਰਵਾਈਵ ਨਹੀਂ ਕਰ ਚੁੱਕੇ ਆਕਾਸ਼ ਸਿੰਗਲਾ ਭਾਜੀ ਮਨੋ ਮਨ ਨੂੰ ਗਾਲਾਂ ਕੱਢਦੇ ਹੋਏ ਸਿੰਗਲਾ ਭਾਜੀ ਕੋਈ ਫੁੱਟਸਟੈਪ ਦਾ ਨਹੀਂ ਦਿੰਦੇ ਹੋਏ ਸਦਮੇ ਦੇ ਵਿੱਚ ਆਕਾਸ਼ ਸਿੰਗਲਾ ਭਾਜੀ ਨੂੰ ਭਾਜਣਾ ਪੈ ਗਈਆਂ ਨੇ ਸਾਨੂੰ ਇਹਨਾਂ ਤੋਂ ਇਹੀ ਉਮੀਦ ਸੀ ਤਾਂ ਹੀ ਪਹਿਲਾਂ ਸਪੈਕਟੇਟ ਕਰ ਰਹੇ ਸੀ ਇਹਨਾਂ ਨੂੰ ਟੀਮ ਹੋ ਜੀ ਦੋ ਟੀਮਾਂ ਦੇ ਵਿੱਚ ਸੈਂਡਵਿਚ ਹੋਈ ਹੋਈ ਹੈ ਪੰਦਰਾਂ ਨੰਬਰ ਟੀਮ ਹਰਸ਼ 22-4-29-45 ਲੱਗਦਾ ਐਮ ਬੀ ਬੀ ਐਸ ਦਾ ਰੋਲ ਨੰਬਰ ਹੀ ਲਿਖ ਛੱਡਿਆ ਪਿੱਛੇ ਮੱਲੀ 13 ਨੰਬਰ ਟੀਮ ਸ਼ੇਰਾਂ ਨਾਲ ਰਹਿ ਕੇ ਵੀ ਸ਼ੇਰਾਂ ਵਾਲੀ ਚੀਜ਼ ਨਹੀਂ ਸਿੱਖ ਪਾਏ ਹਜੇ ਘਰ ਦੇ ਅੰਦਰ ਹੀ ਲੁਕੇ ਹੋਏ ਨੇ ਗੇਮ ਖਤਮ ਹੋ ਗਈ ਅਗਲੀ ਗੇਮ ਲੱਗ ਜਾਣੀ ਇਹਨਾਂ ਤੋਂ ਘਰ ਤੋਂ ਬਾਹਰ ਨਹੀਂ ਨਿਕਲਿਆ ਜਾਣਾ ਇਹਨਾਂ ਤੁਸੀਂ ਅਸਲਾ ਆਪਦੀ ਧੀ ਦੇ ਦਾਜ ਚ ਦੇਣਾ ਜੇ ਵਰਤਿਆ ਹੀ ਨਹੀਂ ਹਿੰਮਤ ਕਰਕੇ ਛੱਤ ਤੇ ਚੜੇ ਨੇ ਕਸੂਤੀ ਥਾਂ ਤੇ ਟੀਮ ਨੰਬਰ 25 ਇਹਨਾਂ ਦੇ ਨਾਲ ਹੀ ਹੈ ਤੇ ਇਸ ਗੱਲ ਦਾ ਭੋਰਾ ਅੰਦਾਜ਼ਾ ਲਾਉਣ ਨਾਲ ਪਿੰਸ ਦੇ ਯਾਰ ਇਹਨਾਂ ਦੇ ਸੁੱਖ ਤੇ ਮਿਸਟਰ ਬੀਸਟ ਗਰੇਵਾਲ ਕੀ ਟੀਮ ਨੰਬਰ 15 ਦੇਖ ਪਾਏਗੀ ਪੱਚੀ ਨੰਬਰ ਟੀਮ ਗੋਡ ਹੇਡਸ ਜਾਦੂ ਵਾਲਾ ਲੈਪਟਾਪ ਚੱਕਿਆ ਹੋਇਆ ਹੈ ਤੇ ਹੱਥ 'ਚ ਵਾਈਬ੍ਰੇਟਰ ਵੜਿਆ ਹੈ ਅਗਲਾ ਯੇ ਤੂੰ ਜਾਦੂ ਹੈ ਧੁੱਪ ਨਾ ਹੋਣ ਕਰਕੇ ਉੱਡ ਵੀ ਨਹੀਂ ਪਾ ਰਹੇ ਨੇ ਬਹੁਤ ਹੀ ਵੱਡੀ ਡਿਸਐਡਵਾਂਟੇਜ ਹੈ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੈ ਡੀ ਤੇ ਅਗਲੇ ਦੇ ਹੀ ਦੇਣਗੇ ਚਾਰ ਨੰਬਰ ਟੀਮ ਪਲੈਕਸਿਸ ਓਡਿਨ ਪਲੈਕਸਿਸ ਥੋਰ ਇਹਨਾਂ ਨੂੰ ਦੁਨੀਆਦਾਰੀ ਦਾ ਕੁਛ ਨਹੀਂ ਪਤਾ ਹੈ ਪਰ ਕੁਛ ਚੰਦ ਸਕਿੰਟਾਂ ਦੇ ਅੰਦਰ ਇਹਨਾਂ ਨੂੰ ਦੁਨੀਆਦਾਰੀ ਦਾ ਵੀ ਪਤਾ ਲੱਗ ਜੂਗਾ ਫਲੈਕਸਿਨ ਓਡੀਅਨ ਦੇ ਜਮ੍ਹਾਂ ਸਾਹਮਣੇ 11 ਨੰਬਰ ਟੀਮ 4 ਅਤੇ 11 ਨੰਬਰ ਟੀਮ ਆਮੋ ਸਾਹਮਣੇ ਹੋਣ ਜਾ ਰਹੀ ਹੈ ਸਾਈਕੋ ਹੰਟਾ ਆਪਣਾ ਚੀਰ ਵਿਖਾਉਂਦੇ ਹੋਏ
ਫੁੱਲਾਂ 'ਚ ਖੇਡ ਰਹੇ ਹਨ। ਖੈਰ ਕੁਛ ਚੰਦ ਸਕਿੰਟਾਂ ਦੀ ਗੱਲ ਹੈ, ਹੁਣ ਪਟਾਕੇ ਪੈਣਗੇ। ਤੈਨੂੰ ਫੁੱਲਾਂ ਵਰਗੀ ਕਹੀਏ ਜਾਂ ਫੁੱਲ ਤੇਰੇ ਵਰਗੇ ਨੇ। ਚਾਰ ਨੰਬਰ ਟੀਮ ਅਤੇ ਗਿਆਰਾਂ ਨੰਬਰ ਟੀਮ, ਗਿਆਰਾਂ ਨੰਬਰ ਟੀਮ ਨੂੰ ਭੱਜਣਾ ਪੈ ਚੁੱਕੀਆਂ ਨੇ, ਚਾਰ ਨੰਬਰ ਟੀਮ ਘਰ 'ਚ ਦਾਖਲ ਹੋ ਚੁੱਕੀ ਹੈ। ਟੱਟੀ ਆ ਗਈ ਲੱਗਦਾ, ਟੱਟੀ ਖਾਣੇ ਜਾ ਰਹੇ ਨੇ, ਪ੍ਰੈਸ਼ਰ ਪੈ ਚੁੱਕਾ ਹੈ। ਬਾਈਸਨ ਕਲੋਜ਼ ਰੇਂਜ ਬਹੁਤ ਹੀ ਵਧੀਆ ਰਹਿੰਦੀ ਹੈ ਅਤੇ ਸ਼ਾਇਦ ਫੌਰ ਭਾਜੀ ਦਾ ਬੇੜਾ ਗਰਕ ਹੁੰਦਾ। ਹੀਰਾ ਭਾਜੀ ਦੇ ਨਿੱਪਲ 'ਚ ਗੋਲੀ ਵੱਜੀ ਹੈ ਸਿੱਧਾ। ਜੀ ਐਮ ਸੀ ਸਾਹਿਲ ਭਾਜੀ ਅਤੇ ਗਿਆਰਾਂ ਨੰਬਰ ਆਹਮੋ ਸਾਹਮਣੇ ਸਾਹਿਲ ਭਾਜੀ ਨੇ ਕੀਤਾ, ਸਾਹਿਲ ਭਾਜੀ ਨੇ ਦੋਨੋਂ ਮਾਰਦੇ ਨੇ। GMC ਸਾਹਿਲ ਭਾਜੀ ਨੇ ਦੋ ਨੌਕ ਕੀਤੇ ਨੇ। ਪਿੰਕ ਇਹ ਨਹੀਂ ਆ ਰਹੇ ਮੇਰੇ। ਆਹੀ ਬੀਡੀ ਬਾਂਸਲ ਭਾਜੀ ਬੋਬਲੇ ਖਿਲਾਰ ਦਿੱਤੇ ਨੇ ਬਿੱਗ ਬੋਬਾ ਭਾਜੀ ਦੇ। ਜ਼ਿੰਦਗੀ ਦੀ ਭੀਖ ਮੰਗਦੇ ਹੋਏ ਬਿੱਗ ਬੋਬਾ ਭਾਜੀ ਟੀਮ ਹਿਟਮੈਨ ਤੋਂ ਸ਼ਤਰੌਲ ਕਰਵਾ ਗਿਆ ਹੈ। ਆਮਣੋ ਸਾਹਮਣੇ ਹੁਣ ਜਾ ਰਹੇ ਨੇ। ਕਹਿਰੋ ਭਾਜੀ ਨੇ ਪਹਿਲਾਂ ਵੀ ਬੀੜੀ ਚ ਰਸੀਆ ਭਾਜੀ ਨੂੰ ਨਹੀਂ ਬਚਾਇਆ ਸੀ, ਉਹਨਾਂ ਨੇ ਬਹੁਤ ਹੀ ਬੁਣ ਚੱਕੀ ਸੀ ਫਿਰ ਵੀ ਨਹੀਂ ਬਚਾਇਆ। ਛੇ ਨੰਬਰ ਟੀਮ ਅਤੇ ਇੱਕ ਨੰਬਰ ਟੀਮ ਅਜੇ ਵੀ ਇਕੱਲੇ ਹੀ ਖੇਡ ਰਹੇ ਨੇ। ਬਿੱਗ ਬੋਬਾ ਭਾਜੀ ਸ਼ਿਵਨ ਭਾਜੀ ਅਨੂਪ ਭਾਜੀ ਰੇਂਜ ਤੇ ਸਕੋਪ ਲੱਗਿਆ ਹੋਇਆ ਸ਼ਿਵਨ ਭਾਜੀ ਦਾ ਸ਼ਿਕਾਰ ਦੀ ਫਿਰਾਕ ਦੇ ਵਿੱਚ। ਅਨੂਪ ਭਾਜੀ ਭੱਜਣ ਦੀ ਫੁੱਲ ਕੋਸ਼ਿਸ਼ ਕਰਨਗੇ। ਅੱਗੋਂ ਟੀਮ ਨੰਬਰ 7 ਵੱਲੋਂ ਬੜੀ ਹੋਈ ਟੀਮ ਹਿੱਟ ਪੈਣਾ ਸ਼ਿਵੇਨ ਭਾਜੀ ਨੇ ਚੱਕਦੇ ਨੇ। ਅਨੂਪ ਭਾਜੀ ਦਾ ਭੋਗ ਪੈ ਗਿਆ। ਸਭ ਇਹਨਾਂ ਦੀ ਸਵਰਗ ਯਾਤਰਾ ਲਈ ਅਰਦਾਸ ਕਰੂ। ਸੱਤ ਛੇ ਨੰਬਰ ਟੀਮ ਦੇ ਸਕੋਪ ਤੇ ਡਾਕਟਰ ਹੂਰੀ ਛੇ ਨੰਬਰ ਟੀਮ ਦੇ ਸਕੋਪ ਬੜਾ ਸ਼ਿਵਨ ਭਾਜੀ ਲਾਂਤਾ ਪੈ ਰਹੀਆਂ ਨੇ ਆਪ ਦੀ ਪ੍ਰੋਫ ਵੱਲੋਂ। ਇੱਕ
ਲੱਖ ਰੁਪਏ ਦੀ ਐਲਾਨ ਤਾਂ ਜਿਹੜੀ ਬਾਸਲ ਭਾਜੀ ਖੇਡ ਖੜਿਆ ਕਰ ਰਹੇ ਹਾਂ ਤੇਰਾ ਨੰਬਰ ਟੀਮ ਸਾਡੇ ਪ੍ਰੋਫ ਦੀ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਸਾਹਮਣੇ ਸਨਾਈਪਰ ਬੈਠੇ ਆ ਸਿਰ ਚ ਖੇ ਪਵਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ ਚਲੂਣੇ ਲੜ ਰਹੇ ਜਿਵੇਂ ਇੱਧਰ ਉੱਧਰ ਭੱਜ ਰਹੇ ਨੇ ਡਾਕਟਰ ਡੈਵਿਲ ਭਾਜੀ ਉਹਨਾਂ ਨੂੰ ਪਤਾ ਹੈ ਕਿ ਟੀਮ ਨੰਬਰ 13 ਉੱਧਰ ਹੈ ਇੱਧਰ ਹੀ ਸਨਾਈਪਰ ਬੈਠਾ ਅਰਸ਼ ਸਾਡਾ ਮੱਲੀ 8 ਨੰਬਰ ਟੀਮ ਨੂੰ ਸਕੋਪ ਤੇ ਰੱਖ ਰਿਹਾ ਹੈ ਸ਼ੇਰਾਂ ਵਾਂਗੂ ਲੜਨਾ ਹੈ ਕਿਉਂਕਿ ਇਸ ਤੋਂ ਬਾਅਦ ਕੋਈ ਲੜਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਸ਼ੇਰ ਆਇਆ ਭਾਗ ਸ਼ੇਰ ਆਇਆ ਤੇਰਾਂ ਨੰਬਰ ਟੀਮ ਮੱਲੀ ਓਪੀ ਮੱਲੀ ਜਿੱਥੇ ਨਹੀਂ ਸਕੂਪ ਲਾਉਣਾ ਚਾਹੀਦਾ ਉੱਥੇ ਸਕੂਪ ਲਾ ਰਹੇ ਡਾਕਟਰ ਡੈਵਿਲ 8 ਨੰਬਰ ਟੀਮ ਮੱਲੀ ਜੀ ਕੁੱਟੇ ਗਏ ਮੱਲੀ ਜੀ ਦੇ ਕਲਿਟੋਰਿਸ ਤੇ ਗੋਲੀ ਵੱਜੀ ਸਿੱਧਾ ਸਾਨੂੰ ਉਮੀਦ ਹੀ ਸੀਗੀ ਖੇ ਪਵਾ ਕੇ ਆਉਣਗੇ ਤੇ ਸਾਡੀਆਂ ਉਮੀਦਾਂ ਦੇ ਖੜੇ ਉੱਤਰ ਰਹੇ ਨੇ ਅੱਠ ਨੰਬਰ ਟੀਮ ਤੇ ਕਿੰਨਾ ਲੰਨ ਬੰਦਾ ਤੇਰਾਂ ਨੰਬਰ ਟੀਮ ਇਹ ਬੰਦਾ ਕਿੰਨਾ ਕਲਾ ਹੈ ਇੱਥੇ ਵੀ ਚਰਚਾ ਕੀਤੀ ਜਾ ਸਕਦੀ ਹੈ ਕਿੰਨਾ ਲੰਨ ਬੰਦਾ ਹੈ ਇਹਨੂੰ ਰੇਂਜ ਕਰ ਸਕਦੇ ਹਾਂ ਆਪਾਂ ਬਹੁਤ ਲੰਨ ਥੋੜਾ ਲੰਨ ਕਾਫੀ ਜ਼ਿਆਦਾ ਲੰਨ ਨੌ ਨੰਬਰ ਟੀਮ ਕਿੰਗ ਭਾਜੀ ਬੜੇ ਹੀ ਮਾੜੇ ਡਰਾਈਵਰ ਨੇ ਹੈਵੀ ਡਰਾਈਵਰ ਐਲੀ ਭਾਜੀ ਮੂਤ ਕਰਦੇ ਹੋਏ ਪਹਾੜ ਦੇ ਓਲੇ ਚਿੱਟੇ ਦੇ ਟੀਕੇ ਚਿੱਟੇ ਦੇ ਟੀਕੇ ਲਾਉਂਦੇ ਹੋਏ ਐਲੀ ਭਾਜੀ
ਐਲੀ ਭਾਜੀ ਸਮੋਕ ਚੱਕਦੇ ਹੋਏ ਗਰੇਵਾਲ ਗੁਲਾਬੀ ਕੱਚੀ ਦਿਖਾਉਂਦੇ ਹੋਏ ਗਰੇਵਾਲ ਭਾਜੀ ਸੁੱਖ ਭਾਜੀ ਦੇ ਘੂਸੇ ਚ ਬਾਂਹ ਦਿੰਦੇ ਹੋਏ ਸਵੇਰੇ ਕਲਾਸ ਚ ਨਾ ਆਉਣ ਨਹੀਂ ਤਾਂ ਸੱਤ ਦਿਨ ਸਾਡੇ ਤੋਂ ਵੀ ਜੁੱਤੀਆਂ ਖਾਣਗੇ ਸੁੱਖ ਜੀ ਸ਼ਾਇਦ ਭੱਜ ਕੇ ਇੱਧਰ ਆਉਣਗੇ ਤੇ ਇਹਨਾਂ ਦੇ ਵੀ ਛਤਰ ਵਾਲਾ ਹੋਊਗਾ ਡੰਡ ਬੈਠ ਕੇ ਲਾਉਣ ਲੱਗੇ ਨੇ ਮੱਲੀ ਗਿਆ ਮੱਲੀ ਭਾਜੀ ਝੁਰਦੇ ਝੁਰਦੇ ਮਰ ਗਏ ਕੋਈ ਸਾਥ ਨਹੀਂ ਪਿੱਛੋਂ ਕਮਰੇ 'ਚ ਬਹਿ ਕੇ ਪਛਤਾਵਾ ਕਰਦੇ ਹੋਏ ਚੌਦਾਂ ਨੰਬਰ ਟੀਮ TDM 10 ਬੜਾ ਹੀ ਕਸੂਤਾ ਨਾਂ ਰੱਖਿਆ ਉੱਨੀ ਨੰਬਰ ਟੀਮ ਰਿਪਨ ਵੀਰ ਕਾਲੋਂ ਤਿੰਨ ਗਰਨੇਡ ਬੀੜੀ ਬਾਂਸਲ ਭਾਜੀ ਬਾਂਸਲਾਂ ਦਾ ਮੁੰਡਾ ਹਿਸਾਬ ਕਰ ਰਿਹਾ ਹੈ ਰਿਸਟ੍ਰਿਕਟਿਡ ਏਰੀਆ 1 ਮੀਟਰ ਚ ਬੀੜੀ ਬਾਂਸਲ ਭਾਜੀ ਮਨ ਚ ਆਵਾਜ਼ਾਂ ਦਿੰਦੇ ਹੋਏ ਆ ਜਾ ਮਾਹੀ ਆ ਜਾ ਤੈਨੂੰ ਬੰਦੂਕਾਂ ਉਡੀਕਦੀਆਂ ਗੱਡੀ 'ਚ ਸਵਾਰ ਹੋ ਗਏ ਨੇ ਆਪਦੀ ਕੁੜੀ ਦੀ ਡੋਲੀ ਛੱਡਣ ਚੱਲੇ ਨੇ ਉੱਨੀ ਨੰਬਰ ਟੀਮ ਅਤੇ ਚੌਦਾਂ ਨੰਬਰ ਟੀਮ ਸੱਤ ਨੰਬਰ ਟੀਮ ਸਕੋਪ 'ਤੇ ਰਿਪਨ ਕਾਲੋਂ ਭਾਜੀ ਬੜੇ ਮਾੜੇ ਡਰਾਈਵਰ ਨਿਕਲੇ ਡਰ ਗਏ ਨੇ ਮੂਗ ਮਾਰ ਗਏ ਨੇ ਵਿੱਚ ਵਿਚਾਰ ਮਿਲਦੇ ਨਾ ਕੈਪਸੂਲ ਹੱਗ ਤਾਂ ਹੈ ਯਾਦ ਆ ਗਿਆ ਨਹੀਂ ਹੱਗਣਾ ਸੀ ਤੇ ਗੱਡੀ 'ਚ ਵਾਪਸ ਆ ਗਏ ਦੋ ਨੰਬਰ ਟੀਮ ਖਲ ਟਕਸਾਲੀ ਭਾਜੀ ਸ਼ਿਵਨ ਅਤੇ ਦੌੜੀ ਕਿਲਰ ਭਾਜੀ ਮੁੰਡ 'ਚ ਹਰੇ ਰੰਗ ਦਾ ਤਵਾ ਦਿੰਦੇ ਹੋਏ ਦੋ ਨੰਬਰ ਟੀਮ ਵੱਲ ਜਾ ਰਹੇ ਨੇ ਟਕਸਾਲੀ ਭਾਜੀ ਨੇ ਟਕਸਾਲੀ ਭਾਜੀ ਦਾ ਭੋਗ ਪੈ ਚੁੱਕਾ ਹੈ ਟਕਸਾਲੀ ਭਾਜੀ ਲਗਾਤਾਰ ਤਿੰਨ ਚਾਰ ਗੇਮਾਂ ਤੋਂ ਆਹੀ ਕੁਛ ਕਰ ਰਹੇ ਨੇ ਟਕਸਾਲੀ ਭਾਜੀ ਅੱਜ ਸੁੱਤੇ ਉੱਠੇ ਗੇਮ ਖੇਡਦੇ ਪਏ ਨੇ ਸ਼ਾਇਦ ਦੌੜੇ ਕਿਲਰ ਭਾਜੀ ਸਾਰਿਆਂ 'ਤੇ ਉਂਗਲਾਂ ਦਿੰਦੇ ਹੋਏ ਚਾਰਜ ਕਰਦੇ ਪਏ ਨੇ ਟੀਮ ਮੇਟਸ ਨੂੰ ਅਠਾਰਾਂ ਨੰਬਰ ਟੀਮ ਖੰਨਾ ਭਾਜੀ ਸਕੋਪ ਲਾਉਂਦੇ ਹੋਏ ਖਤਮ ਕਰਦੀ
ਸੈਰੋਟੋਨਿਨ ਭਾਜੀ 6 ਨੰਬਰ ਟੀਮ 3 ਕਿਲਸ ਦੇ ਨਾਲ ਆਪਣੇ ਆਪ ਨੂੰ ਹੀਲ ਕਰਦੇ ਹੋਏ ਉਹ ਤੋਂ ਭੱਜ ਚੁੱਕੇ ਨੇ ਆਪਣੇ ਮਰੇ ਹੋਈ ਬੇਲੀ ਦਾ ਸਮਾਨ ਚੱਕਦੇ ਹੋਏ सामने 18 नंबर टीम स्कोप ला के अभिमन्यु ने छह नंबर टीम पे स्कोप लग गया हो गया बम्बू भी नहीं है कि फुट दे अगले ने दे देता है बम आ चको शिवेन भाई दे हजे भी हाथ से फोर बम है बड़ा ही सोना डिफेंड करते हुए अपनी जड़ां च बंब सुट लिया स्मोक अस्थमा नाल मारन की कोशिश चारों पासे धुआं धुआं करते हुए सामने अभिमन्यु भाजी का भोग पै गया सेरोटोनिन भाजी ने डोपामिन रिलीज कर दिता है टटे दबदे हुए नपुंसक बन चुके ने ओहो लन बंदा जी पूरे हो गए ने दो मिनट मौन वर्त रखा जाए इन्हां लई रब इन्हां दे टट्टियां नूं शांति दवे रिपन भाजी 14 नंबर टीम वाल सामने एली भाजी उन्हां दा भी औखा ही लगता है वो भी मरण दे कगार ते ने देखदा ही नहीं रिपन भाई दे गोलियां वजियां हुण 27 रन सेरोटोनिन भाजी ने बड़ा ही सोहना किल कीता है मोढ़े ते खरगोश पाया है एनिमल अब्यूज ਉਹ ਵੀ ਕੰਨ 'ਚ ਮੂਤਣ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਦੇ ਟੀਮ ਨੰਬਰ 7 ਬਿਗ ਪੋਪਾ 9 ਨੰਬਰ ਟੀਮ ਐਲੀ ਭਾਜੀ ਕੈਂਪਿੰਗ ਕਰਨਗੇ ਬਹੁਤ ਛੋਟੇ ਜਿਹੇ ਕਰਤੇ ਤੇ ਗ੍ਰੇਨੇਡ ਬਹੁਤ ਆਰਾਮ ਨਾਲ ਆ ਇਹਦੇ ਸਾਹ ਲੈ ਰਹੇ ਨੇ ਭੱਜ ਭੱਜ ਦੇ ਵੱਖੀਆਂ ਚੜ ਗਈਆਂ ਨੇ ਹਾਸੇ ਦੀ ਗੱਲ ਹੈ ਟੀਮ ਨੰਬਰ 7 ਸਾਰੀ ਬਚੀ ਹੈ ਲੱਗਦਾ ਹੈ ਕਿਸੇ ਦੇ ਹੱਥੇ ਨਹੀਂ ਚੜੀ ਐਲੀ ਭਾਜੀ ਲੋਕੇ ਬੈਠੇ ਹੋਏ ਨੇ 6 ਨੰਬਰ ਟੀਮ ਜ਼ੋਡੀਆ ਕਿਲਰ ਸਕੂਪ ਲਗਾਉਂਦੇ ਹੋਏ ਕਿੰਗ ਭਾਜੀ ਨਿਸ਼ਾਨੇ ਦੇਣੇ ਉਹਨਾਂ ਦੇ 6 ਤੇ 7 ਨੰਬਰ ਟੀਮ ਆਮੋ ਸਾਹਮਣੇ ਕਿੰਗ ਭਾਜੀ ਨਿਸ਼ਾਨੇ ਦੇ ਨੇ 9 ਨੰਬਰ ਟੀਮ ਦੇ ਬੜੀ ਆਸਾਨੀ ਨਾਲ ਮਾਰ ਸਕਦੇ ਨੇ ਜਲਦਬਾਜ਼ੀ ਕਰ ਚੁੱਕੇ ਨੇ ਦੁਬਾਰਾ ਨਿਸ਼ਾਨੇ ਤੇ ਲਿਆਉਣ ਦੀ ਕੋਸ਼ਿਸ਼ ਸੈਰੋਟੋਨਿਨ ਭਾਜੀ ਜ਼ੋਨ ਵੱਲ ਭੱਜਦੇ ਹੋਏ ਐਲੀ ਭਾਜੀ ਤੇ ਕਿੰਗ ਭਾਜੀ ਮੈਚ
ਬਹੁਤ ਹੀ ਤਕੜਾ ਫਸਿਆ ਹੋਇਆ ਤਿੰਨ ਟੀਮਾਂ ਦੇ ਵਿਚਕਾਰ ਜੋ ਕਿ ਸਾਨੂੰ ਟੀਮ ਨੰਬਰ 7 ਤੋਂ ਉਮੀਦ ਸੀ ਬਸ ਦੋ ਹੀ ਰਹਿ ਗਏ ਨੇ ਚਾਰ ਆਏ 6 ਨੰਬਰ ਟੀਮ ਦੇ ਸਾਰੇ ਪਲੇਅਰ ਜਿੰਦਾ ਨੇ 7 ਨੰਬਰ ਬਸ ਖੁਸ਼ੀ ਨੰਬਰ 7 ਸਾਰੀ ਖਤਮ ਹੋ ਜਾਏਗੀ ਤਿੰਨ ਟੀਮਾਂ ਦੇ ਦੋ ਦੋ ਪਲੇਅਰ ਬਚੇ ਸਕੋਪ ਦੀ ਮਦਦ ਦੇ ਨਾਲ ਟਾਰਗੇਟ ਲੱਭ ਰਹੇ ਨੇ ਦਹੂ ਹੀ ਰਿਮੇਨ ਛੇ ਨੰਬਰ ਟੀਮ ਦੇ ਸ਼ਿਵਨ ਅਤੇ ਹੂ ਹੀ ਰਿਮੇਨ ਕਿੰਗ ਭਾਜੀ ਨੂੰ ਸਕੋਪ ਜ਼ੋਨ ਹੋਰ ਛੋਟਾ ਹੁੰਦਾ ਹੋਏ ਹਰ ਇੱਕ ਟੀਮ ਦੇ ਦੋ ਦੋ ਬੰਦੇ ਰਹਿ ਗਏ ਹਨ ਕੈਰੋ ਭਾਜੀ ਐਲੀ ਭਾਜੀ ਵੱਲ ਜਾਂਦੇ ਹੋਏ ਇੰਨਾ ਦਮ ਹੈ ਨਹੀਂ ਪਰ ਜ਼ੋਨ ਹੋਰ ਛੋਟਾ ਹੁੰਦਾ ਹੋਇਆ ਐਲੀ ਭਾਜੀ ਨਿਸ਼ਾਨੇ ਐਲੀ ਭਾਜੀ ਕਿੰਗ ਭਾਜੀ ਨੇ ਬਚਾ ਲਿਆ ਹੈ ਬਹੁਤ ਸੋਹਣਾ ਜਿਵਨ ਭਾਜੀ ਦੇ ਨਿਸ਼ਾਨੇ ਤੇ ਕਿੰਗ ਭਾਜੀ ਅੰਨੇਵਾਹ ਗੋਲੀਆਂ ਦੀ ਬੌਛਾਰ ਕਰਦੇ ਹੋਏ ਸ਼ਿਵਨ 6 ਨੰਬਰ ਟੀਮ ਬੰਬ ਸੁੱਟ ਦੇਣਾ ਚਾਹੀਦਾ ਹੈ ਬੜਾ ਹੀ ਸੋਹਣੇ ਨਿਸ਼ਾਨੇ ਤੇ ਇਕੱਲੇ ਜਿੱਤ ਗਏ ਸ਼ਿਵਨ ਭਾਜੀ ਨੇ ਬਹੁਤ ਹੀ ਸੋਹਣਾ ਖੇਡੇ ਨੇ ਐਲੀ ਭਾਜੀ ਟੀਮ ਦੂਜੇ ਨੰਬਰ 'ਤੇ
This is a simulation game set in a virtual world and does not represent real life. Please play in moderation. Take frequent breaks and play responsibly. तीसरे मैच दे नाल पहला ही पता नहीं की मथे लग गया अनूप दा झाटा आपा डॉक्टर हैरो भाजी नूं स्पेक्टेट करदे आ स्पेशल अफरमेशन दे सुनिया भी भाजी अज स्पेशल जहर दी पुड़ी बना के लेके आए ने भाई शर्म नाल मैं खा के मर जावां जहाज टेक ऑफ कर चुके है अज आप चले हाँ वाले देर मार तो टीरिया ब्रोंका बड़ा एक सूखा नाम है डॉक्टर हैरो बोंड 007 रचित 9 ते आकाश सिंगला 01 टीम नंबर 12 दे मेंबर ने बड़ी हैरान दी गल है आप दे अपनो बोंड क्यों कह रहे ने इन्ना दी मेरे ख्याल दे ना 71-72 ज्यादा कर दी मैनूं तां लगदा इन्ना दी वड्डी है ताही ते 71-72 करेगी 00 दा मतलब खब्बा सज्जा ते 7 लन इकट्ठे वड जांदे हन बड़ी ज्यादा कैपेसिटी है टीमां उतर ही ने 14 नंबर टीम GMC रेस्ड 14 नंबर टीम उतरते ही घर वाल नूं जांदे पए शॉटगन एक R98 मिल गया यार ਕਾਰ ਸਿੰਗਲਾ ਭਾਜੀ ਸਿਰ ਤੇ ਕਰੋਨਾ ਪਾ ਕੇ ਇਹ ਹਜੇ ਤੱਕ ਉੱਤਰ ਹੀ ਰਹੇ ਨੇ ਲੋਕਾਂ ਨੇ ਘਰ ਵੀ ਵਸਾ ਲਏ ਨੇ ਗੈਂਗਸਟਰ ਆਸ਼ੀ ਭਾਜੀ 19 ਨੰਬਰ ਟੀਮ ਗੈਂਗਸਟਰ ਲਿਖਿਆ ਹੈ ਪਿੱਛੇ ਕਤੂਰੀ ਦਾ ਨਾਂ ਲਿਖਤਾ ਹੈ ਆਈ 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 ਖਲ ਟਕਸਾਲੀ ਭਾਜੀ ਕੀ ਮੁਕਤਸਰ ਦੀ ਜੰਗ ਤੋਂ ਕੁਛ ਇੰਸਪੀਰੇਸ਼ਨ ਲੈ ਕੇ ਆਏ ਹੈ ਇਸ ਵਾਰੀ ਇਹ ਦੇਖਣਾ ਹੈ ਟੀਮ ਨੰਬਰ 9 ਕਿੰਗ ਭਾਜੀ ਕੁੜੀ ਦੀਆਂ ਚੀਕਾਂ ਕਢਾਉਂਦੇ ਹੋਏ ਅੰਗ ਪ੍ਰਦਰਸ਼ਨ ਕਰਦੇ ਹੋਏ ਨੰਬਰ ਟੀਮ ਕਿੰਗ ਭਾਜੀ ਟੀਮ ਨੰਬਰ 1 ਹਿਟਮੈਨ ਮਾਂਬਾ ਉਹ ਵੀ ਭਾਜੀ ਸ਼ਿਕਾਰ ਲੱਭਦੇ ਹੋਏ
ਪਾਰਟ ਇਨਕਲਾਈਨ ਨੂੰ ਡਿਕਲਾਈਨ ਕਰ ਦਿੱਤਾ ਹੈ। 16 ਨੰਬਰ ਟੀਮ ਜੀਐਮਸੀ ਕੱਲ ਤੇ ਪਰਮਨੂਰ ਭਾਜੀ ਆਰਸ਼ੀਸ਼ ਭਾਜੀ ਪਿੱਛੇ ਬਹਿ ਕੇ ਲਿਫਟ ਲੈ ਰਹੇ ਨੇ, ਕਹਿੰਦੇ 50 ਰੁਪਈਏ ਦੀ ਲਿਫਟ। ਉਹ ਕਹਿੰਦੇ ਪਰ ਮੇਰੇ ਕੋਲ 20 ਰੁਪਈਏ ਨੇ, 30 ਰੁਪਈਆਂ ਦਾ ਮੈਨੂੰ ਸ਼ੀਸ਼ੇ 'ਚ ਵੇਖੀ ਜਾਈ। 30 ਰੁਪਈਏ ਕਹਿੰਦੇ ਸ਼ੀਸ਼ੇ 'ਚ ਵੇਖ ਵੇਖ ਕੇ ਮੈਨੂੰ ਪੂਰੇ ਕਰ ਲਏ। ਬੜੀ ਹੀ ਮਾੜੀ ਡਰਾਈਵ ਕਰਦੇ ਹੋਏ ਇੱਕ ਮੀਟਰ ਚ ਰਿਸਟ੍ਰਿਕਟਿਡ ਏਰੀਆ ਟੀਮ ਨੰਬਰ 5 ਦੇ ਜਾਂਗੜਾ ਭਾਜੀ ਜਾਂਗੜਾ 002 ਬਿੱਲੀ ਦੇ ਚਿੱਤੜ ਤੋਂ ਧੋਂਦੇ ਧੋਂਦੇ ਥੱਕ ਗਏ ਪਿਛਲੀ ਗੇਮ ਚ ਬੜਾ ਹੀ ਗੰਦੇ ਤਰੀਕੇ ਨਾਲ ਮਰੇ ਸੀ ਪਰ ਬਰਾਬਰ ਦੀ ਟੱਕਰ ਦਿੱਤੀ ਸੀ। ਸਾਲੀ ਭਾਜੀ ਕੱਲੇ ਰਹਿ ਚੁੱਕੇ ਹਨ। ਟਕਸਾਲੀ ਭਾਜੀ ਤੇ ਰਿਪਨ ਭਾਜੀ ਆਮੋ ਸਾਹਮਣੇ ਹੋ ਸਕਦੇ ਨੇ। ਟਕਸਾਲੀ ਭਾਜੀ ਪੱਟੀਆਂ ਲਾਉਂਦੇ ਹੋਏ ਡਾਕਟਰ ਹੈਰੋ ਨੂੰ ਸਪੈਕਟੇਟ ਕੀਤਾ ਜਾਵੇ। ਬਾਰਾਂ ਨੰਬਰ ਟੀਮ ਇਹਨਾਂ ਨੂੰ ਗੱਡੀ ਦਾ ਬਹੁਤ ਹੀ ਚਾਅ ਏ, ਗੇਮ ਗਈ ਮਾਂ ਚਲਾਉਣ, ਇਹ ਪਹਿਲਾਂ ਗੱਡੀ ਚਲਾਉਣਗੇ। ਗੁੰਡ ਭਾਜੀ ਕੋਲ ਜਾ ਰਹੇ ਨੇ, ਹੈਰੋ ਭਾਜੀ ਗੱਡੀ ਅੱਗੇ ਪਿੱਛੇ ਕਰਦੇ ਹੋਏ ਨਾਲ ਦੇ ਟੀਮਮੇਟ ਨੂੰ ਕਹਿੰਦੇ ਫੁੱਦੀ ਫੁੱਦੀ ਕੀ ਲਾਈ ਆ ਮੁੰਡਿਆ, ਫੁੱਦੀ ਦਾ ਕੀ ਲੈਣਾ, ਬੱਲੇ 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 ਫੁੱਦੀ ਫੁੱਦੀ ਕੀ ਲਾਈ ਆ ਮੁੰਡਿਆ, ਫੁੱਦੀ ਦਾ ਕੀ ਲੈਣਾ, ਗੋਲ ਭਾਂਡੇ ਦਾ ਵੇਖ ਨਜ਼ਾਰਾ, ਬੱਲੇ 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 ਗੋਲ ਭਾਂਡੇ ਦਾ ਵੇਖ ਨਜ਼ਾਰਾ, ਬਹਿ ਕੇ ਡੇਕਾ ਲੈਣਾ। ਬੁੰਡ ਭਾਜੀ ਦੇ ਕਹਿੰਦੇ ਟੱਟਿਆਂ ਦਾ ਇਹਨਾਂ ਨੇ ਉੱਡਦਾ ਜਹਾਜ਼ ਬਣਾਉਣ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠਿਆ ਜਾਵੇ। ਰਿਪਨ ਭਾਜੀ ਦਾ ਬਾਪੂ ਪਤਾ ਨੀ ਕਿਹੜੇ ਜਨਮ ਦਾ ਬਦਲਾ ਲੈ ਰਹੇ ਨੇ।
ਉਹਦਾ ਬਾਪੂ ਫੇਰ ਲਿਟ ਗਿਆ ਹੈ ਰਿਪਨ ਦਾ। ਖੈਰ ਆਪਾਂ ਇਹ ਧਿਆਨ ਨਹੀਂ ਦਿੱਤਾ ਉਹਦਾ ਬਾਪੂ ਚਾਰ ਸੌ ਵੀ ਹੈ। ਉਨੀ ਨੰਬਰ ਟੀਮ ਰਿਪਨ ਭਾਜੀ ਦੇ ਗੋਲੀਆਂ ਚੱਲਦੀਆਂ ਹੋਈਆਂ। ਰਿਪਨ ਭਾਜੀ ਦਾ ਭੋਗ ਪਾਤਾ ਹੈ ਉਹ ਜੀ ਗਰਗ ਭਾਜੀ ਨੇ। ਖਲ ਟਕਸਾਲੀ ਭਾਜੀ ਇਕੱਲੇ ਹੀ ਲੜਦੇ ਹੋਏ ਆਹਮੋ ਸਾਹਮਣੇ ਹੋ ਸਕਦੀਆਂ ਨੇ ਟੀਮਾਂ। ਸਾਹਮਣੇ ਤਿੰਨ ਨੰਬਰ ਟੀਮ ਆ ਸਕਦੀ ਹੈ, ਸੈਰੀ ਭਾਜੀ, ਕਾਲੋਂ ਭਾਜੀ, ਜੈਦੀਪ ਭਾਜੀ ਲਹਿਦਾ ਹੀ ਸਿੰਗਲ ਸੀਟਰ ਨੂੰ ਦਵਾਉਂਦੇ ਹੋਏ ਉੱਪਰ ਜੇਲ੍ਹ ਭਾਜੀ ਭਾਏ ਨੇ। ਜਿਵੇਂ ਰੋਡਵੇਜ਼ ਲਾਰੀ 'ਤੇ ਸਮਾਨ ਢੋਇਆ ਹੋਏ ਬਹੁਤ ਹੀ ਖੁਸ਼ੀ ਦੀ ਗੱਲ ਸਾਹਮਣੇ ਆਈ ਹੈ ਕਿ ਅੱਜ ਡਾਕਟਰ ਕੁੰਵਰ ਰਾਜਨ ਪ੍ਰਤਾਪ ਸਿੰਘ ਸੰਧੂ ਭਾਜੀ ਦਾ ਬਰਥਡੇ ਹੈ। ਇੱਕ ਅੱਧਾ ਕਮੈਂਟ ਕਰ ਦਿੱਤਾ ਜਾਵੇ ਵੀਅਰਾਂ ਵੱਲੋਂ ਤਾਂ ਉਹਨਾਂ ਨੂੰ ਬਹੁਤ ਹੀ ਚੰਗਾ ਲੱਗੇਗਾ, ਅਤੇ ਜਿਨ੍ਹਾਂ ਨੂੰ ਪਾਰਟੀ ਚਾਹੀਦੀ ਹੋਵੇ ਉਹ ਡੀ ਵਲੌਗ ਦੀ ਛੱਤ 'ਤੇ ਆ ਜਾਣ। ਜੈਦੀਪ ਭਾਜੀ ਅਤੇ ਜੇਲ੍ਹ ਭਾਜੀ ਜੈਦੀਪ ਭਾਈ ਨੇ ਤੇਲ ਭਰਿਆ ਸੀਗਾ। ਕਿੰਗ ਭਾਜੀ ਦੀ ਸਾਈਡ 'ਚ ਬੰਦਾ ਹੈ, ਤੇ ਗੱਡੀ ਵੀ ਉੱਤੇ ਨਹੀਂ ਚੜ੍ਹ ਰਹੀ। ਰੇਸੈਟ ਭਾਜੀ ਇੱਕ ਕਿਲੋਮੀਟਰ ਦੂਰ ਜ਼ੋਨ ਤੋਂ ਡਾਕਟਰ ਹੈਰੋ ਭਾਜੀ ਦੀ ਗੱਡੀ ਪਲਟ ਗਈ ਹੈ ਅਤੇ ਹੈਰੋ ਬੁੰਡ 'ਚ ਵੜ ਗਿਆ ਹੈ। ਅਰੇ ਅਰੇ ਫਾਈਟ ਹੋ ਗਈ।
जयदीप भाजी लिटा दिते हैं। सेरोटोनिन भाजी बहुत स्वाद नाल मारनगे, मुक्या नाल मारनगे। बेइज्जती करके जयदीप भाजी नूं चक लिया है, ये तो बेइज्जती। सरोपे पाए गए सेरोटोनिन भाजी वालों, बहुत ही हसे होने। खन्ना भाजी स्नाइप करेंगे सेरोटोनिन भाजी नूं, नहीं बहुत ही गंदा खेड़ते ने। खैर आपदे ही गोली खा बैठे। इस बारी फस्ट प्रॉफ भी जोन दे अंदरों आ चुकिया है गलती नाल। संतालियां लेके बैठे हैं गरेवाल साहब को M4 ते 6x4। डॉक्टर हैरो पाजी कुछ भी हो सकता है, टीम नंबर 14 उन्होंने सामने है। डॉक्टर बुंड भाजी बुंड छपा के खड़े हैं ते पर हाथ च 47 है। जो भी पहली मूवमेंट करेगा उसकी गलती हो सकती है। सारे ही ऋषभ भाजी वालों एक उन्होंने ऋषभ भाजी बुंड देख सकती है। ऋषभ बुंड भाजी ने बुंडा खिलारती, बंब सुट्टन बिल्कुल मोल्टोव हाथ च है उन्होंने, पर लेट हो चुके ने, कोई काम नहीं आया। तो निशाना भी बहुत गंदा सीगा, लगता है बुंड तो फड़ के मारी सी मोल्टोव। हाथ च ग्रीनेड, बहुत ही सोहना नेड, बहुत ही सोहना नेड। असी बुंड भाजी नूं बहुत हल्के च लै रहे सी, सोहना खेडते हैं। शायद उन्होंने आपकी जगह चेंज करनी चाहिए है क्योंकि बहुत चंगा व्यू नहीं है उन्होंने को। हैरो भाजी हाथ से मोल्टो फोड़ सकते हैं, इन्नी तो उम्मीद रख सकते हैं इन्हों तो। पर बहुत ही चंगे ने, आज सानू मैगी स्पॉन्सर करेंगे। देख रहे हैं सामने उन्होंने हिटमैन स्क्वाड सामने है, डर चुके हैं। आओगी शिवेन भाजी नूं कुट्टा गया ओजी टीम वालों, ओजी टीम का भी बुरा हाल किया गया है। सेरोटोनिन भाजी वालों बंब सुट देना चाहिए है, 3 ग्रेनेड की करनगे। सैरी भाजी ने देख लिया सेरोटोनिन भाजी नूं, सेरोटोनिन भाजी लिट चुके हैं। नेड सोहना सी पर उन्होंने आपकी जगह बदल। सैरी भाजी नौक बहुत सोहना खेल रहे हैं। कालों भाजी कोल स्नाइपर है, सिर्फ एक होर शायद वह बंदा ही लभ रहे हैं। सेरोटोनिन भाजी बहुत ही सौखा हो जूगा उन्होंने कालों भाजी मारन। कालों भाजी भी देख चुके हैं
पर नॉक ना हो जाए ये उन्होंने सबसे बड़ी गलती होगी बच गए मेडिकेट है वो भी बड़े वाली कर ले गई नहीं किता ओ होगी पावर पूरी जोडिया किलर नॉकआउट नहीं है ये भी हुण कुछ गेम च योगदान पाउणगे ज्यादा भी नहीं चार उन्हें दीवार सुन रही है सुन जाती है जो भी बोल रहे होंगे हां पठानी जी तो सैन मार्टिन रुके जेड़ा एक बंदा सी ना उन्हें सारे नु बड़ा लो करता सीगा बंदा बढ़िया सी ओ जोडिया किलर पाजी फिर आप तो बहुत पैसा खेड रहे हैं पर लोगों की इज्जत कर रहे हैं मेनू सारियां पईयां आदी बोलियां काला मंग पाजी दिखे सी पर लेट हो चुके हैं शॉट लेना चाहिए है बहुत ज्यादा हेड शॉट नहीं आया को हेल्थ किट दे दो अर्श मल्ली की इस बारी ये कोई बंदा मार पाउणगे मैं पठानी फिर भरिया ही मोहल्ला क्लिनिक वाला आ गया ना उसकी काउंसलिंग वाले ते कितने होनी है कौन हां नहीं आ नहीं होगा नहीं नहीं वो भी आ गई है काउंसलिंग कितने जैसे 29 तारीख को तेरे पठानकोट है सिविल सर्जन ऑफिस तो पता ही होना तकनीकी खराबी करके प्राइवेट पुलिस इन्होंने इग्नोर किया जाए पहला नहीं सुन तैयारी उठे सीगा जब मैं गया ਕਿੰਨਾ ਲੰਨ ਬੰਦਾ ਇੰਨਾ ਸੋਹਣਾ ਨਾਮ ਹੈ ਇਹਨਾਂ ਦਾ ਸ਼ਾਇਦ ਇਹਨਾਂ ਦੀ ਆਵਾਜ਼ ਹੀ ਸੁਣ ਰਹੀ ਹੋਵੇ ਇਹ ਕੀ ਗੰਦੀਆਂ ਹਰਕਤਾਂ 'ਚ ਪੈ ਗਏ ਇਹ ਵੀ ਪਰ ਟ੍ਰੀਮ 'ਤੇ ਆਵਾਜ਼ ਆ ਰਹੀ ਆ ਟ੍ਰੀਮ 'ਤੇ ਆਵਾਜ਼ ਆ ਰਹੀ ਆ ਕੰਪਨੀ ਦਾ ਮੈਸੇਜ ਆਇਆ ਮੈਨੂੰ ਮੇਰੀ ਹੀ ਮੈਂ ਆਲ ਤੇ ਬੋਲ ਰਿਹਾ ਸੀ ਨਾ ਕੌਣ ਨੇ ਡੈਵਿਡ ਭਾਈ ਜੀ ਨੇ ਮੈਂ ਨਹੀਂ ਕਿਹਾ ਸਕਰੀਨ ਤੇ ਆਵਾਜ਼ ਆ ਚੁੱਕੀ ਹੈ ਪਠਾਨੀਆ ਭਾਜੀ ਨੂੰ ਕੁਛ ਕਿਹਾ ਜਾ ਰਿਹਾ ਸੀਗਾ ਅਸੀਂ ਸਭ ਸੁਣ ਲਿਆ ਹੈ ਮੈਨੂੰ ਬੜੇ ਬੰਨੀ ਦਾ ਮੈਸੇਜ ਆਇਆ ਸੀ
ਟਕਸਾਲੀ ਨੇੜ ਏਦਾਂ ਦਾ ਸੁੱਟ ਨੇੜ ਏਦਾਂ ਦਾ ਸੁੱਟ ਬੰਦੇ ਦੇ ਚੱਡੇ ਤੇ ਜਾ ਕੇ ਵੱਜੇ ਵੁੰਡ ਪਾੜ ਦੇ ਏਦਾਂ ਦਾ ਨੇੜ ਮਾਰ ਟਕਸਾਲੀ ਭਾਜੀ ਨੂੰ ਹਾਂ ਸਹੀ ਗੱਲ ਹੁਣ ਸਾਨੂੰ ਕੋਈ ਕਮੈਂਟੇਟਰੀ ਕਰਨ ਦੀ ਲੋੜ ਨਹੀਂ ਪਿੱਛੋਂ ਆਵਾਜ਼ਾਂ ਆ ਰਹੀਆਂ ਹਨ ਮਰੋ 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 ਸਾਲਿਓ ਜਿੰਦਾ ਨਾ ਛੱਡੋ ਆਪ ਚ ਲੜ ਮਰੋ ਹਾਂ ਹਾਂ ਵਧੀਆ ਟਕਸਾਲੀ ਗੁੱਡ ਹੈ ਗੁੱਡ ਹੈ ਇੰਨੀ ਦੇ ਮਜ਼ਾਕ ਗਰੇਵਾਲ ਭਾਜੀ ਕੋਡੇ ਕਰ ਲਏ ਚੁੱਕ ਕੇ ਲੈ ਕੇ ਜਾ ਰਹੇ ਨੇ ਅੰਦਰ ਰਵਿੰਦਰ ਭਾਜੀ ਆਪਦੀ ਛੋਟੀ ਜਿਹੀ ਬੰਦ ਲੈ ਕੇ ਪਾੜ ਦੇ ਭੈਣ ਚੋਦਾਂ ਦੀ ਖਤਮ ਕਰ ਦੇ ਜਾਂ ਖਤਮ ਹੋ ਜਾ ਰਵਿੰਦਰ ਭਾਜੀ ਨੇ ਬੁੰਡ ਕੁੱਟੀ ਹੈ ਕਿਸੇ ਦੀ ਉਹ ਸਾਹਮਣੇ ਦਿਖ ਰਿਹਾ ਮਾਮਾ ਜੀ ਹਵਾ ਚ ਡੱਸ ਰਹੇ ਹਨ ਇੱਕ ਹੋਰ ਹੈਲਥ ਕਿੱਟ ਫਾਇਦਾ ਨਹੀਂ ਹੋ ਰਿਹਾ ਇਹਨਾਂ ਦੇ ਡਸਟ ਕੱਲ ਨੂੰ ਰੱਖਣ ਦੇ ਮੇਰੇ ਬੰਦੇ ਨੂੰ ਇੱਕ ਕਿਲ ਦੇ ਵਿੱਚ ਕੀ ਕੀ ਕਰਾਂਗੇ ਨਹੀਂ ਮਰ ਗਿਆ ਗਾਟ ਮਾਰ ਦਿੱਤਾ ਕੱਲ ਕਰਾ ਦਿੱਤਾ ਲੋੜਾ ਦੋ ਸਿਰਫ 18 ਰਨ ਨਹੀਂ ਰਹਿ ਚੁੱਕੇ ਹਨ ਕੋਈ ਨਹੀਂ ਡੈਮੇਜ ਸੈਂਟਰ ਕੰਟਰੋਲ ਕੀਤਾ ਹੋਇਆ ਹਿਟਮੈਨ ਨੇ ਪੋਪਲਾ ਖੋਲਤਾ ਹੈ ਵੱਡਾ ਪੋਪਲਾ ਖੋਲਤਾ ਇੰਨੇ ਸਾਰੇ ਕੱਪੜੇ ਤੇ ਥੱਲੋਂ ਬੁੰਡ ਦਿਖਾ ਰਹੇ ਹਨ ਕਿਸੇ ਨੇ ਲੰਨ ਤੇ ਗੋਲੀਆਂ ਚਲਾਈਆਂ ਸੀ ਲੰਨ ਚ ਛੇਦ ਕਰਤਾ ਅਜੇ ਤੱਕ ਲੰਨ ਭਾਜੀ ਦੇ ਜ਼ੀਰੋ ਕਿਲ ਨੇ ਤੇ ਰਵਿੰਦਰ ਭਾਜੀ ਮਰ ਚੁੱਕੇ ਹਨ ਹੁਣੇ ਭੱਜਦੇ ਭੱਜਦੇ ਕਮਰੇ ਵਾਲੇ ਆਉਣਗੇ ਓਹੋ ਲੰਨ ਵੀ ਮਾਰਤਾ ਸਟੀ ਰੇਡੀਅਨ ਆਪਦਾ ਝਾੜ ਨਾਲ ਘਸਾਉਂਦੇ ਹੋਏ ਸ਼ਾਇਦ ਇਹਨਾਂ ਨੂੰ ਕੁਛ ਦੇਰ ਰੁਕ ਜਾਣਾ ਚਾਹੀਦਾ ਹੈ ਹਿਟਮੈਨ ਗਰੁੱਪ ਨਾਲ ਨਹੀਂ ਪੰਗਾ ਲੈਣਾ ਚਾਹੀਦਾ ਉਹ ਬਹੁਤ ਅੱਛਾ ਖੇਡਦੇ ਹਨ
ਮਾਈਕ ਚੱਲ ਨਹੀਂ ਰਿਹਾ ਚੱਲਦਾ ਬੋਲ ਫਿਰ ਚੁੱਪ ਕੇ ਬੈਠਾ ਦਿਖਾ ਸਿਰਫ 8 ਰਿਮੇਨਿੰਗ ਹੈ ਅਭੀ ਤੱਕ ਔਰ ਟੀਮ 5 ਕਾ ਇੱਕ ਮੈਂਬਰ ਹਿਟਮੈਨ ਐਸਕੇਪ ਹੋ ਗਿਆ ਦਿਖਾ ਔਰ ਵੀ ਦਿਖਾਣਾ ਡੈਮੀਗੋਡ ਕੀ ਤਰਫ ਜਾਤੇ ਹੈ ਡੈਮੀਗੋਡ ਨੇ ਯਹਾਂ ਪੇ ਸਮੋਕ ਕੀਆ ਹਿਟਮੈਨ ਕੀ ਤਰਫ जोन में एंट्री निकालना चाहेंगे हमारे जो डेमीगॉड है टीम नाइटमेयर के टीम नंबर 9 स्कारल पकड़ी हुई है इन्होंने अपने हाथ में और गिरेवाल यहाँ पे बगी लेके भागा है डेमीगॉड को यहाँ पे एक फ्री का किल मिला है उसे पता नहीं है यहाँ पे कौन है क्या चार टीम सभी भी सर्वाइव कर रही है हमारी जोन के अंदर टीम नंबर 8 के स्टीरेडियन और स्टीरेडियन यहाँ पे उन्होंने किंग को नॉक कर दिया है किंग नॉक फिनिश होते हुए पूरी गंदे तरीके से नॉक फिनिश हुआ है इनके टीम के 3 किल्स हैं और यहाँ पे सिरेडियन को मॉली लगी है और हिटमैन एसके की मॉली से ये खत्म होते हैं हिटमैन अनूब डेमीगॉड आया पास में अपनी यूएमपी लेके थर्ड पोजीशन पे ले आए अपनी टीम को पर लेकिन गिरेवाल ने इन्हें नॉक कर दिया है गेम से बाहर निकाल दिया है और गिरेवाल यहाँ पे इस चीज़ का फायदा उठा रहे हैं कि वो वहाँ पे इकट्ठे होकर बैठे हैं ताकि उनके ऊपर ग्रेनेड का जो डैमेज होता है पर ग्रेनेड अच्छा नहीं किया यहाँ पे गिरेवाल ने मॉली अच्छी की हो शायद मॉली भी बहुत गंदी गई है मॉली भी पास में नहीं गई है इनके हम यहाँ पे ड्रोन व्यू से देखेंगे और मॉली लग गई है गिरेवाल की यहाँ पर 1v4 कर पाएगा क्या ये प्लेयर गिरेवाल ने डैमेज लिया हिटमैन अनूप को भी इसने नॉक कर दिया है बहुत प्यारा खेल रहा है प्लेयर इसकी M416 रुकने का नाम नहीं लेके धीरे धीरे क्लोज इन कर रहा है ये हिटमैन मांबा ओपी क्या यहाँ स्मोक मारेगा जी हाँ उसको डैमेज दिया और यहाँ पे गिरेवाल जाता हुआ यहाँ पे हिटमैन मांबा ओपी ने यहाँ पे किल ले लिया है बहुत प्यारा खेल लिया है फर्स्ट पोजीशन पे आए हैं हमारे हिटमैन कॉन्ग्रेचुलेशंस मार दिए इन्होंने हमें हिल के ऊपर पिन करके रखा हुआ था नीचे उतरने नहीं दिया स्मोक खत्म हो गए थे मेरे तो इसलिए मैं मार नहीं पाया इनको नहीं तो सबको खत्म करना था एक एक करके अभी हमारा अगला मैच होगा विकेंडी का मैच नंबर 3 हमारा
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਗਲਾ ਦਿਨ ਚੜ੍ਹ ਚੁੱਕਿਆ ਹੈ ਅਤੇ ਚੌਥਾ ਮੈਚ ਹੁਣ ਸ਼ੁਰੂ ਹੋਇਆ ਹੈ। ਇਸ ਵਾਰੀ ਅਸੀਂ ਆਪਦਾ ਖਾਸ ਧਿਆਨ ਹਿਟਮੈਨ ਟੀਮ ਵੱਲ ਰੱਖਾਂਗੇ। ਬਹੁਤ ਹੀ ਸੋਹਣਾ ਖੇਡੀ ਪਿਛਲੇ ਮੈਚ। ਇਹਨਾਂ ਦੇ ਮੈਂਬਰ ਨੇ ਸ਼ੈਡੋ, ਐਸ ਕੇ, ਮਾਂਬਾ ਓਪੀ ਅਤੇ ਅਨੂਪ ਓਪੀ। ਦੋ ਟੀਮਾਂ ਉੱਤਰ ਗਈਆਂ ਹਨ, ਕੋਲ ਮਾਈਨਸ ਤੱਕ ਸ਼ਾਇਦ ਇਹ ਉਤਰਨਗੇ। ਉਸ ਛੇਤੀ ਸਟਾਰਟ ਕਰਤਾ ਸ਼ਾਇਦ ਮੈਚ, ਛੇਤੀ ਸਟਾਰਟ ਹੋਣ ਕਰਕੇ ਸ਼ੈਰੀ ਜੀ ਇਕੱਲੇ ਰਹਿ ਗਏ। ਖੈਰ ਟੀਮ ਹਿਟਮੈਨ ਨੇ ਡੇਰੇ ਲਾਏ ਨੇ ਪੈਸ਼ਕੋਵਾ 'ਚ ਅਤੇ ਉਹਨਾਂ ਦਾ ਇੱਕ ਬੰਦਾ ਦੂਜੀ ਸਾਈਡ ਚੱਲ ਗਿਆ ਹੈ, ਸ਼ਾਇਦ ਨਾਰਾਜ਼ ਹੈ ਉਹਨਾਂ ਨਾਲ। ਪਰ ਬਹੁਤ ਹੀ ਵਧੀਆ ਲੂਟ ਮਿਲੂਗੀ ਇੱਥੇ ਇਹਨਾਂ ਨੂੰ, ਕਿਉਂਕਿ ਹੋਰ ਕੋਈ ਟੀਮ ਨਹੀਂ ਹੈ। ਸੈਰੀ ਭਾਅ ਜੀ ਫੋਰਥ ਫਲੋਰ 'ਤੇ ਬੈਠੇ, ਟੀਮ ਨੰਬਰ 3 ਇਕੱਲੇ ਖੇਡ ਰਹੇ ਨੇ ਵਿਚਾਰੇ। ਇਹਨਾਂ ਨੇ ਵੀ ਐਨੀਮਲ ਅਬਿਊਸ ਕੀਤਾ ਹੈ। ਫੋਰ ਵਰਸਿਸ 1 ਦੇਖਣ ਦਾ ਮਨ ਹੈ ਦਰਸ਼ਕਾਂ ਦਾ। ਫੁੱਟਸਟੈਪਸ ਜ਼ਰੂਰ ਸੁਣ ਗਏ ਹੋਣਗੇ ਇਹਨਾਂ ਨੂੰ। ਬਿਲਕੁਲ ਬਿਲਕੁਲ, ਫੁੱਟਸਟੈਪ ਤਾਂ ਸੁਣੇ ਹੀ ਨੇ। ਜਾਂਗੜਾ ਭਾਅ ਜੀ ਉਹਨਾਂ ਦੇ ਲਾਗੇ ਛਾਗੇ, ਪਰ ਉਹਨਾਂ ਦੇ ਪਿੱਛੇ ਹਨ, ਸ਼ਾਇਦ ਭੱਜਣ ਦੀ ਕੋਸ਼ਿਸ਼ 'ਚ ਨੇ। ਡਰੋਨ ਵਿਊ ਲੈ ਕੇ ਦੇਖਾਂਗੇ ਕੀ ਕੁਛ ਚੱਲ ਰਿਹਾ ਹੈ। ਸੈਰੀ ਭਾਅ ਜੀ ਦਾ ਪੋਪੜ ਖੋਲਤਾ ਕਾਲਾ ਨੰਗ ਭਾਅ ਜੀ ਨੇ। ਟੀਮ ਨੰਬਰ 3 ਅਤੇ ਬਿੱਗ ਪੋਪਾ ਭਾਅ ਜੀ ਉਹਨਾਂ ਦੀ ਟੀਮ, ਲੜਾਈ ਹੋਣ ਦੇ ਫੁੱਲ ਚਾਂਸਿਸ ਹਨ। ਸ਼ਾਇਦ ਉਹਨਾਂ ਨੂੰ ਪਤਾ ਵੀ ਹੀ ਹੈ ਉਹਨਾਂ ਦੀ ਪੋਜੀਸ਼ਨ ਬਾਰੇ, ਨਹੀਂ ਦੂਰ ਹਨ ਥੋੜ੍ਹਾ। ਰਚਿਤ ਭਾਅ ਜੀ ਤੋਂ ਭੱਜ ਕੇ ਰੇਸ ਹੈਡ ਭਾਅ ਜੀ, ਚੁੱਕ ਲਾ ਕੋਈ ਦਿੱਕਤ ਨਹੀਂ। ਰਚਿਤ ਭਾਜੀ ਬੁੰਡ ਭਾਜੀ ਖਿਲਰ ਗਏ ਹਨ। ਸਾਰੇ ਸੋਚ ਹੀ ਰਹੇ ਸੀ ਉਹਨਾਂ ਨੂੰ ਬੁੰਡ ਕਿਉਂ ਨੀ ਬੋਲਿਆ ਜਾ ਰਿਹਾ। ਸਾਨੂੰ ਡੈਥ ਥ੍ਰੈਟਸ ਆਏ ਨੇ। ਹੈਰੋ ਭਾਜੀ, ਹੈਰੋ ਭਾਜੀ ਦਾ ਵੀ ਬੇੜਾ ਗਰਕ ਹੋ ਗਿਆ ਹੈ।
ਸ਼ਾਇਦ ਇੱਥੇ ਹੁਣ ਆਉਣਗੇ ਰੂਮ 'ਚ। ਓਹੋ ਸਾਰੀ ਟੀਮ ਨੰਬਰ 12 ਦਾ ਨਾਸ ਹੋ ਗਿਆ ਹੈ। ਬਹੁਤ ਹੀ ਸੋਹਣਾ ਰਿਸ਼ਭ ਸੋਨੀ UMP ਨਾਲ ਵਧੀਆ ਪ੍ਰਦਰਸ਼ਨ। ਜੱਸੀ ਸੁਮਨ ਜੀ ਨੂੰ ਚਾਹੀਦਾ ਹੈ ਕਿ ਸਰਵਾਈਵ ਕਰਨ ਲਾਸਟ ਤੱਕ ਅਤੇ ਮੌਕਾ ਮਿਲਣ 'ਤੇ ਆਪਦੀ ਟੀਮ ਦੀ ਰੇਟਿੰਗ ਉੱਤੇ ਕਰਨ। ਟੀਮ ਨੰਬਰ 8 ਦੇ ਰਵਿੰਦਰ ਜੀ ਨੂੰ ਵੀ ਮੌਤ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਟੀਮ ਨੰਬਰ 7 ਦੇ ਫੁੱਟਸਟੈਪ ਸੁਣੇ ਹਨ, ਉਹਨਾਂ ਦੇ ਪਿੱਛੇ ਸ਼ਾਇਦ ਭੱਜ ਰਹੇ ਹਨ। ਬਿਲਕੁਲ ਕਿੰਨਾ ਭਾਜੀ ਭੱਜ ਰਹੇ ਹਨ। ਝੂਟੇ ਮਾਟੇ ਸ਼ਾਇਦ ਗੇਮ ਵਿੱਚ ਸਰਵਾਈਵ ਕਰਨਾ ਚਾਹੁੰਦੇ ਹਨ। ਵਧੀਆ ਡਿਸੀਜਨ ਹੈ ਕਿਉਂਕਿ ਹਜੇ ਬਹੁਤ ਕੁਛ ਹੋਣਾ ਪਿਆ ਹੈ ਟੀਮ 'ਚ ਮੈਚ। ਆਪਾਂ ਦੇਖ ਹੀ ਸਕਦੇ ਹਾਂ ਸਾਰੀਆਂ ਟੀਮਾਂ ਕਰੀਬ ਕਰੀਬ ਦੂਰ ਹੀ ਹਨ, ਮੈਚ ਵਿੱਚ ਕੁਝ ਜ਼ਿਆਦਾ ਹੋ ਨਹੀਂ ਰਿਹਾ ਹੈ। ਬਹੁਤ ਹੀ ਸੋਹਣੀ ਜਗ੍ਹਾ 'ਤੇ ਜੱਸੀ ਸੁਮਨ ਜੀ ਅਪਹਿਲ ਐਡਵਾਂਟੇਜ ਨਾਲ ਹੱਥ ਦੇ ਵਿੱਚ M4 ਫੜੀ ਹੈ। ਉਹ ਇਹਦਾ ਨਾਂ ਕਿੰਨਾ M24। ਡਾਕਟਰ ਡੈਵਿਲ ਹੋਰਾਂ ਦੀ ਭੂੰਡੀ ਨੂੰ ਜ਼ਰੂਰ ਸੁਣ ਲੈਣਗੇ ਰਵੀ ਸੁਮਨ ਜੀ। ਨਹੀਂ ਸ਼ਾਇਦ ਥੋੜ੍ਹਾ ਦੂਰ ਨੇ, ਦੇਖ ਹੀ ਨਹੀਂ ਰਹੇ ਉਹਨਾਂ ਦੇ ਵੱਲ। ਦੇਖਿਆ, ਬਿਲਕੁਲ ਦੇਖਿਆ। ਕੀ ਕਰ ਰਿਹਾ ਇਹ? ਰਿਸ਼ਭ ਸੋਇਨ ਭਾਜੀ ਆਪਦੀ ਬੰਦੂਕ ਨੂੰ ਤੱਕਦੇ ਹੋਏ ਸੋਚ ਰਹੇ ਨੇ ਇਹ ਮੈਂ ਪਿੱਛੋਂ ਪਾਊਂਗਾ ਤੇ ਗੱਲ ਤੱਕ ਕਿੱਥੇ ਤੱਕ ਆ ਕੇ ਲੱਗੇਗੀ। ਫਿਰ ਦੇਖਿਆ ਹੈ, ਲੱਗਦਾ ਹੈ ਆਈਡੀਅਲ ਹੋ ਚੁੱਕੇ ਹਨ। ਮੱਲੀ ਜੀ ਕੱਛੀ ਮੰਗ ਕੇ ਲਿਆਏ ਨੇ ਗੁਲਾਬੀ। ਇਹ ਪ੍ਰਾਈਵੇਟ ਗੱਲਾਂ ਨੇ, ਖੋਲਾਂਗੇ ਨਹੀਂ। ਵਾਰੀ ਵਾਰੀ ਉੱਠ ਬੈਠ ਰਹੇ ਹਨ। ਕੋਈ ਨਹੀਂ, ਗੋਲੀਆਂ ਚੱਲੀਆਂ ਓਏ।
ਮੱਲੀ ਨੇ ਬਹੁਤ ਹੀ ਸੋਹਣਾ ਕੀ ਨੌਕ ਕੀਤਾ ਸਟੀਰੇਡੀਅਨ ਨੂੰ, ਜੋ ਕਿ ਸਟੀਰੇਡੀਅਨ ਦੀ ਲਾਸਟ ਟਾਈਮ ਦੇ ਅੰਦਰ ਸੀਗੇ, ਬਹੁਤ ਸੋਹਣਾ ਖੇਡ ਰਹੇ ਨਹੀਂ ਗੇ ਮੱਲੀ ਭਾਈ ਦੀ ਗੱਤੀ ਲਾ ਦਿੱਤੀ, ਨੌਕ ਕਰ ਦਿੱਤਾ ਗਿਆ ਹੈ ਟਾਈਮ ਸਿਰ ਸੁੱਖ ਜੀ ਵੱਲੋਂ। ਮੱਲੀ ਭਾਜੀ ਨੂੰ ਚਾਪ ਖਵਾ ਦਿੱਤੀ ਗਈ ਹੈ, ਮਲਾਈ ਚਾਪ, ਮਲਾਈ ਚਾਪ ਖਵਾ ਦਿੱਤੀ ਗਈ ਹੈ। ਉਹ ਯਾਰ ਉਹਨਾਂ ਦੇ ਦੋ ਨੋਕ ਸੀਗੇ ਯਾਰ, ਮਾਰਨਾ ਚਾਹੀਦਾ ਸੀ ਤੈਨੂੰ ਯਾਰ, ਇਹੋ ਜਿਹਾ ਕੁਛ ਕਹਿ ਰਹੇ ਹੋਣੇ ਮੱਲੀ ਭਾਜੀ। ਇਹ ਇੰਨਾ ਘਟੀਆ ਨੇੜ ਕੋਈ ਕਿਵੇਂ ਕਰ ਸਕਦਾ, ਕੁਛ ਨਹੀਂ ਪਤਾ ਅਗਲਾ ਬੰਦਾ ਕਿੱਥੇ, ਬਸ ਨੇੜ ਕਰ ਦੋ। ਓਹ ਨੇੜ ਕਰ ਚਾ ਗਿਆ, ਚਾਪ ਖਿਲਾਰ ਦਿੱਤੀ ਹੈ। ਬੰਬ ਦੀ ਲੋੜ, ਟਾਈਮ ਰਹਿੰਦੇ ਸਰ ਇਹਨਾਂ ਨੂੰ ਘਰ ਚ ਬਾਹਰ ਨਿਕਲ ਜਾਣਾ ਚਾਹੀਦਾ ਹੈ। ਬਿਲਕੁਲ ਸਹੀ ਡਿਸੀਜਨ, ਇਹ ਤੇ ਪਤਾ ਹੀ ਸੀ ਹੋ ਜਾਣਾ ਹੈ, ਪਰ ਬਹੁਤ ਵਧੀਆ ਅੱਗੇ ਆ ਕੇ ਲੜੇ ਤੇ ਡਟੇ ਰਹੇ। ਐਨਮੀ ਟੀਮ ਬਾਰੇ ਜਾਣਕਾਰੀ ਇਕੱਠੀ ਕਰਦੇ ਹੋਏ ਤੇ ਉਹਨਾਂ ਨੂੰ ਬਾਈਪਾਸ ਕਰਦੇ ਹੋਏ ਜ਼ੋਨ ਨਾਲ ਜਾਂਦੇ ਹੋਏ ਕੁਛ ਤਕਨੀਕੀ ਖਰਾਬੀ ਕਰਕੇ ਮਾਈਕ ਵਿੱਚ ਆਵਾਜ਼ ਨਹੀਂ ਆ ਰਹੀ ਸੀ ਅਤੇ ਹੁਣ ਗੇਮ ਵਿੱਚ ਵਾਪਸ ਆਏ ਹਾਂ। ਅਸੀਂ ਲਗਾਤਾਰ 3 ਗੇਮਾਂ 'ਚੋਂ ਬਿਗ ਪੋਪਾ ਭਾਜੀ ਨੂੰ ਦੇਖ ਰਹੇ ਹਾਂ, ਇਹ ਕੁਛ ਕਰਦੇ ਹੀ ਨਹੀਂ, ਇਹ ਬਸ ਪੱਟੀਆਂ ਹੀ ਲਾਉਂਦੇ ਆ, ਗੋਲੀਆਂ ਖਾਂਦੇ ਆ, ਪੱਟੀਆਂ ਲਾਉਂਦੇ। ਬਾਂਸਲ ਭਾਜੀ ਥੋੜ੍ਹਾ ਜਿਹਾ ਅੱਗੇ ਵੱਧ ਕੇ ਖੇਡਦੇ ਨੇ, ਪਰ ਇਹ ਵੀ ਸਿਰਫ ਬੰਦੇ ਹੀ ਦੇਖਦੇ ਆ, ਗੋਲੀ ਇਹ ਵੀ ਨਹੀਂ ਚਲਾਉਂਦੇ।
ਆਪਦੀ ਪੋਜੀਸ਼ਨ ਬਾਰੇ ਦੱਸਦੇ ਹੋਏ ਗੱਡੀ ਚਲਾ ਕੇ ਆਪਦੇ ਯਾਰਾਂ ਮਿੱਤਰਾਂ ਨੂੰ ਧੋਖਾ ਦੇ ਕੇ ਜਾ ਰਹੇ ਹਨ। ਬਿਗ ਪੋਪਾ ਭਾਜੀ ਓਏ ਯਾਰ ਲੈਣਾ ਲੈਣਾ ਮਜ਼ੇ ਕਰ
हेलो हेलो, चल तो रहा है माइक। अब हमारे खाल टकसाली जो हैं ये जोन में तो एंटर कर चुके हैं। आगे बहुत ही ज़्यादा खतरनाक फाइट चलने वाली है। जो टीम हिटमैन है एक गाड़ी के पीछे है, यहाँ पर इनकी टीम जो खाल जो टीम है ये वर्सेस हिटमैन रह गई है। फोर मैन सर्वाइविंग है और सामने हिटमैन जो है उनके और सिर्फ थ्री मैन सर्वाइविंग है। और यहाँ पर इन्होंने प्रॉपर स्लैम कर दिया है। क्या हिटमैन एसके को स्पॉट कर पाएंगे? बिल्कुल सामने लेटा है इनके हिटमैन एसके। क्या खाल टकसाली, इसको नॉक करेंगे? इनको बंदा दिख गया है, अभी मारेंगे क्या उसके ऊपर? थोड़ा सा डैमेज किया है पर नूप पंती ना कर रहे हैं। ग्रोजा से नॉक कर दिया, बहुत प्यारा नॉक किया है। जल्दी भाग के कवर में जाएंगे। मैथ माइक ने वहां पे हिटमैन मांबा को मार दिया और पैन करते हैं लास्ट में। बहुत प्यारा इन्होंने खेला है। हमारी खाल टीम
नंबर वन पे आ रही है। हमारी जो टीम हिटमैन है सिर्फ दो किल के साथ यहाँ पे स्पॉट नंबर टू पे है, और हमारी टीम आतंकी थ्री मैन सर्वाइविंग थर्ड स्पॉट पे आई है। बहुत अच्छा खेले हैं ये सब। आज का हमारा ग्राइंड जो था चार दिन का, वो बहुत चार मैचेस का जो हमारा ग्राइंड था सबको बहुत ही ज़्यादा थकाने वाला था। बहुत अच्छा खेले हैं सब। कल तीन मैचेस ही होंगे और लास्ट डे पे हम करेंगे पूरे चार मैचेस, जिसमें इरेंगल भी होगा, दो इरेंगल रखेंगे हम। प्लीज़ इस स्ट्रीम को थोड़ा लाइक कर देना और चैनल को सब्सक्राइब कर देना, ये डेड चैनल है, प्लीज़ इसको सब्सक्राइब करके थोड़ा उठा दो यार ऊपर चैनल को। हिटमैन सिरा, शिवम कपूर बोल रहे हैं हिटमैन ओपी। जी हाँ, हिटमैन ओपी है, पर लेकिन ये वाले मैच में थोड़ा इन्होंने अच्छा परफॉर्म नहीं किया, सिर्फ दो किल ही लिए हैं और बाद में किल दिए हैं। और चार्ली हार्पर बोल रहे हैं हिटमैन बुंड पाड़ू टीम। सही में इनके पुराने मैचेस को देखे तो बहुत अच्छा खेले हैं, पर लेकिन ये वीकेंडी का जो आखिरी इनका मैच था थोड़ा ठीक नहीं गया, पर लेकिन आज के जो इनके बाकी तीन मैचेस है बहुत अच्छा खेले हैं। चिकन भी निकाला इन्होंने। और किल नहीं दिखे अर्श पाजीदे, बैटल ग्राउंड रिलैक्सिंग नॉइज। हमारे कास्टर से हम बात करेंगे, उन्होंने ये कैसा स्ट्रीम किया है। अभी तो हम आपसे अलविदा लेते हैं, मिलेंगे आपसे कल 9:30 के अराउंड, हमारा पहला मैच होगा।